ਅਨੁਰਾਗ ਗੁਰੂ ਗ੍ਰੰਥ ਸਾਹਿਬ ਯੋ ਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਾਜ਼ਰ ਨਾਮਾ ਬੇਦਰਦ ਕਸਾਈ ਐ ਰੋਜ਼ੀ ਬਖਸ਼ ਰਹੀਮ ਐ ਇਲਮ ਹਲੀਮੀ ਐ ਤਵਜਾ ਬੁਲੰਦੀ ਐ ਖੈਰਵੰਦ ਸਤੀ ਐ ਬੇਖੈਰ ਬਖੀਲ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਵਰ ਛਤਰ ਤਖਤ ਦੇ ਮਾਲਕ ਸਰਬ ਸੰਜੀਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਕਰਤਾ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰ ਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੇ ਗੋ ਐਸੇ ਦਿਨ ਦਿਵਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਜੁੜ ਬੈਠੀ ਪਰਮ ਸਨਮਾਨ ਯੋਗ ਸਤਕਾਰ ਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਨਤਾ ਪ੍ਰਤੀ ਸਤਿਗੁਰੂ ਨੋਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ادب ਸਤਕਾਰ ਸ਼ਰਧਾ ਸਹਿਤ ਨਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਰਵਣ ਕਰਦੇ ਹੋ ਮੁਲਤਾਨ ਵਿਖੇ ਸਤਗੁਰੂ ਗੁਰਦਾਨਕ ਸਾਹਿਬ ਜੀ ਪੀਰ ਬਹਾਵਲ ਹੱਕ ਕਾਜੀ ਰੁਕਨਦੀਨ ਨਾਲ ਚਰਚਾ ਕਰ ਰਹੇ ਨੇ ਪਾਤਸ਼ਾਹ ਨੇ ਹਾਜ਼ਰਨਾਮਾ ਉਚਾਰਨ ਕੀਤਾ ਹੈ ਹਾਜ਼ਰਾਂ ਕੋ ਮਿਹਰ ਹੈ ਬਿਹਾਜ਼ਰਾਂ ਕੋ ਬੇਮਿਹਰ ਹੈ ਇਹਦੇ ਪਹਿਲੇ ਕੁਝ ਕ ਬੰਦ ਆਪਾਂ ਕੱਲ ਦੀ ਕਥਾ ਚ ਸਰਵਣ ਕੀਤੇ ਹਨ ਇੱਕ ਇੱਕ ਬੰਦ ਵਿੱਚ ਇੱਕ ਇੱਕ ਪੰਕਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਇੱਕ ਸਿਧਾਂਤ ਪ੍ਰਗਟ ਕਰਕੇ ਦੱਸ ਰਹੇ ਨੇ ਮਨ ਬਿਰਤੀਆਂ ਇਕਾਗਰ ਕਰੀਏ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਰਤیاں ਜੋੜੀਏ ਤਾਂ ਜੋ ਸਤਿਗੁਰਾਂ ਦੇ ਪਾਵਨ ਬਚਨਾਂ ਦੀ ਸਾਨੂੰ ਸਾਰਿਆਂ ਨੂੰ ਸਮਝ ਪੈ ਸਕੇ ਕਿਉਂਕਿ ਅਸੀਂ ਉਹਨਾਂ ਕੀ ਸਮਝਣਾ ਜਿੰਨਾ ਕਿ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਹੈ ਸਾਡੇ ਵਿੱਚ ਕੋਈ ਬਲ ਜਾਂ ਕੋਈ ਕਿਸੇ ਪ੍ਰਕਾਰ ਦੀ ਸ਼ਕਤੀ ਤਾਕਤ ਨਹੀਂ ਕਿ ਆਪ ਸਮਝ ਸਕੀਏ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਨੇ ਜਿੰਨੀ ਕੁ ਸੋਝੀ ਬਖਸ਼ਣੀਆਂ ਉਹਨਾਂ ਕੀ ਸਾਨੂੰ ਸਮਝ ਪੈਣੀ ਹੈ ਸਤਿਗੁਰੂ ਦੀਨदयाल ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਰਤیاں ਬਿਰਤੀਆਂ ਜੋੜੀਏ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਬਸਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਜ਼ਰ ਨਾਮਾ ਬੇਦਰਦ ਕਸਾਈ ਐ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਕਿਸੇ ਪ੍ਰਤੀ ਦਰਦ ਨਹੀਂ ਕਿਸੇ ਪ੍ਰਤੀ ਮਨ ਵਿੱਚ ਪੀੜਾ ਮਹਿਸੂਸ ਨਹੀਂ ਕਰਦਾ ਕੋਈ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਕਸਾਈ ਹੈ ਜਿਹਨੂੰ ਕਿਸੇ ਦਾ ਦੁੱਖ ਵੇਖ ਕੇ ਮਨ 'ਚ ਦਰਦ ਨਾ ਆਵੇ ਕਿਸੇ ਦੀ ਤਕਲੀਫ ਵੇਖ ਕੇ ਮਨ 'ਚ ਜਿਹੜਾ ਮਹਿਸੂਸ ਨਾ ਕਰੇ ਪਾਤਸ਼ਾਹ ਕਹਿੰਦੇ ਐਸਾ ਜਿਹੜਾ ਬੇਦਰਦ ਆਦਮੀ ਹੈ ਉਹ ਕਸਾਈ ਹੈ ਰੋਜੀ ਬਕਸ ਰਹੀਮ ਐ ਰਹੀਮ ਰਹਿਮ ਕਰਨ ਵਾਲਾ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਬਖਸ਼ਿਸ਼ ਕਰਨ ਵਾਲਾ ਕੇਵਲ ਇੱਕ ਰਹੀਮ ਅਕਾਲ ਪੁਰਖ ਹੈ। ਰੋਜੀ ਦਾ ਦਾਨ ਅਕਾਲ ਪੁਰਖ ਪਰਮੇਸ਼ਰ ਬਖਸ਼ਦਾ ਸਾਰਿਆਂ ਨੂੰ ਕਿ ਰੋਜੀ ਦੇਹੰਦ ਹੈ। ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇਣ ਵਾਲਾ ਹੈ। ਰੋਖ ਰੂਹਾਨ ਕੀ ਰੋਜੀ ਨਾ ਟਾਰੇ। ਸੰਸਾਰ ਦੇ ਸਾਰੇ ਜੀਵਾਂ ਨੂੰ ਪਾਲਣੇ ਵਾਲਾ ਹਰ ਇੱਕ ਜੀਵ ਦੀ ਰੋਜ਼ੀ ਜੋ-ਜੋ ਜੀਵਾਂ ਦੀ ਖੁਰਾਕ ਹੈ ਜਿੱਥੇ-ਜਿੱਥੇ ਰਹਿੰਦੇ ਨੇ ਉੱਥੇ-ਉੱਥੇ ਹੀ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ। ਨਿਰੰਕਾਰ ਵਿਧਾਤੇ ਨੇ ਜੇ ਤਾਂਬੇ ਦੀਆਂ ਧਰਤੀਆਂ ਪੈਦਾ ਕੀਤੀਆਂ ਤੇ ਉੱਥੇ ਜੀਵ ਨੇ ਉਹਨਾਂ ਦੇ ਭੋਜਨ ਦਾ ਉਹਨਾਂ ਦੇ ਖਾਣ ਦਾ ਪ੍ਰਬੰਧ ਪਰਮੇਸ਼ਰ ਨੇ ਉੱਥੇ ਵੀ ਕੀਤਾ ਹੋਇਆ। ਸਮੁੰਦਰ ਦਾ ਪਾਣੀ ਹੈ ਡਹਿਰਾ ਸਾਗਰ ਹੈ ਵਿਸ਼ਾਲ ਹੈ ਸੈਂਕੜੇ ਜੀਵ ਜੰਤੂ ਉੱਥੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਰਹਿੰਦੇ ਐ ਉਹ ਸੈਂਕੜੇ ਜੀਵ ਜੰਤੂ ਲੱਖਾਂ ਦੀ ਗਿਣਤੀ ਵਿੱਚ ਉੱਥੇ ਕੋਈ ਦੁਕਾਨ ਨਹੀਂ ਚੱਲਦੀ ਉੱਥੇ ਕੋਈ ਖੇਤੀ ਨਹੀਂ ਹੁੰਦੀ ਉੱਥੇ ਕੋਈ ਵਪਾਰ ਨਹੀਂ ਹੁੰਦਾ ਅਕਾਲ ਪੁਰਖ ਦਾਤੇ ਨੇ ਉਹਨਾਂ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਦੀ ਰੋਜੀ ਦਾ ਪ੍ਰਬੰਧ ਉਹਨਾਂ ਦਾ ਜਲ ਚ ਹੀ ਕੀਤਾ ਹੋਇਆ ਹੈ ਜੇ ਪੱਥਰ ਵਿੱਚ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਤਾਂ ਪੱਥਰਾਂ ਚ ਪੈਦਾ ਕਰਕੇ ਉਹਨਾਂ ਦੀ ਰੋਜੀ ਦਾ ਪ੍ਰਬੰਧ ਪਰਮੇਸ਼ਰ ਨੇ ਪੱਥਰਾਂ ਵਿੱਚ ਵੀ ਕੀਤਾ ਹੋਇਆ ਹੈ ਸਹਬ ਜੀ ਦੇ ਅੰਮ੍ਰਿਤ ਵਚਨ ਆਪ ਜੀ ਨੇਤਾ ਪ੍ਰਤੀ ਪੜਦੇ ਹੋ ਸੁਣਦੇ ਹੋ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਊੜੇ ਊੜਾ ਵੈ ਸੈ ਕੋਸਾ ਤੇ ਸਪਾਛੈ ਬਛਰੇ ਛਰਿਆ ਸਭ ਦੀ ਪਾਲਣਾ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਸਮਸਤ ਜੀਵਾਂ ਦੀ ਰੋਜੀ ਦਾ ਪ੍ਰਬੰਧ ਕੀਤਾ ਹੋਇਆ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ ਪਛ ਪਸੂ ਨਗ ਨਾਗ ਨਰਾਦਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਕੇ ਕਲ ਕੇ ਨਹੀਂ ਕਰਮ ਵਿਚਾਰੈ ਜੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ ਓ ਸੰਸਾਰ ਦੇ ਸਮਸਤ ਜੀਵਾਂ ਦੀ ਰੋਜੀ ਦਦ ਰੋਜੀ ਦੇ ਕੇ ਪਾਲਣਾ ਕਰਨ ਵਾਲਾ ਰਹੀਮ ਹੈ ਰਹਿਮ ਕਰਨ ਵਾਲਾ ਹੈ ਇਲਮ ਹਲੀਮੀ ਹੈ ਕਹਿੰਦੇ ਜੀ ਫਲਾਣੇ ਬੰਦੇ ਕੋਲ ਬੜਾ ਇਲਮ ਹੈ ਇਲਮ ਦਾ ਮਤਲਬ ਹੁੰਦਾ ਹੁਨਰ ਗੁਣ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਗੁਣ ਆਉਂਦਾ ਕਹਿੰਦੇ ਇਹਦੇ ਕੋਲ ਇਲ ਆਪਾਂ ਗੁਣ ਕਹਿ ਦਿੰਦੇ ਆ ਫਾਰਸੀ ਚ ਇਲਮ ਕਹਿ ਦਿੰਦੇ ਕਹਿੰਦੇ ਬੜੇ ਬੜੇ ਇਲਮਾਂ ਵਾਲੇ ਲੋਕ ਨੇ ਸੰਸਾਰ ਵਿੱਚ ਪਾਰੇ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਇਲਮ ਜੇ ਕਿਸੇ ਮਨੁੱਖ ਕੋਲ ਹੈ ਤਾਂ ਉਹ ਹੈ ਹਲੇਮੀ ਨਿਮਰਤਾ ਹਲੇਮੀ ਦਾ ਮਤਲਬ ਹੁੰਦਾ ਨਿਮਰਤਾ ਨਿਰਮਾਨਤਾ ਨਿਵ ਚੱਲਣ ਦੀ ਬਿਰਤੀ ਜਿਹੜੀ ਪਾਣੀ ਦੀ ਬਿਰਤੀ ਹੈ ਨਾ ਪਾਣੀ ਦਾ ਸੁਭਾਅ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਕਿ ਉਹ ਨਿਵਾਣ ਨੂੰ ਚੱਲਦਾ ਹੈ ਪਾਣੀ ਚੱਲੇ ਨਿਵਾਣ ਨੂੰ ਪਾਣੀ ਨੀਵੇਂ ਥਾਂ ਨੂੰ ਵਹਿਦਾ ਇਹ ਗੁਰਸਿੱਖ ਦੀ ਵੀ ਨਿਸ਼ਾਨੀ ਗੁਰਸਿੱਖੀ ਕੀ ਇਹ ਨਿਸ਼ਾਨੀ ਗੁਰਸਿੱਖਾਂ ਦੀ ਵੀ ਇਹੀ ਨਿਸ਼ਾਨੀ ਨਿਮਰਤਾ ਸਹਿਤ ਹਲੀਮੀ ਸਹਿਤ ਰਹਿਣਾ ਜਿਹੜੀ ਹਲੀਮੀ ਹੈ ਇਹ ਦੁਨੀਆਂ ਵਿੱਚ ਸਭ ਤੋਂ ਵੱਡਾ ਇਲਮ ਹੈ ਇਹਦੇ ਤੋਂ ਵੱਡਾ ਇਲਮ ਕੋਈ ਨਹੀਂ ਸੰਸਾਰ 'ਚ ਹਲੀਮੀ ਸਹਿਤ ਰਹਿਣਾ ਹਾਂਜੀ ਤਵੱਜਾ ਬੁਲੰਦੀ ਹੈ ਤਵੱਜੋ ਦੇਣੀ ਆਪਾਂ ਕਹਿੰਦੇ ਵੀ ਤਵੱਜੋ ਦਿਓ ਭਾਈ ਧਿਆਨ ਦਿਓ ਜਦੋਂ ਕੋਈ ਧਿਆਨ ਦਿੰਦਾ ਆਪਣੇ ਮਾਲਕ ਵੱਲ ਤਵੱਜੋਂ ਦਿੰਦਾ ਗੁਰੂ ਉਪਦੇਸ਼ ਵੱਲ ਤਾਂ ਉਹ ਬੁਲੰਦੀ ਨੂੰ ਪ੍ਰਾਪਤ ਹੁੰਦਾ ਹੈ ਜਿਹੜਾ ਤਵੱਜੋਂ ਦੇਗਾ ਕਿਸੇ ਵੀ ਕੰਮ ਵਿੱਚ ਜੇ ਹੁਣ ਬੇਧਿਆਨਾ ਹੋ ਕੇ ਕੰਮ ਕਰੇ ਤੇ ਉਸ ਕੰਮ ਚੋਂ ਉਹਨੂੰ ਬੁਲੰਦੀ ਨਹੀਂ ਮਿਲਦੀ ਜਿਹੜਾ ਬੰਦਾ ਜਿਸ ਕੰਮ ਦੇ ਵਿੱਚ ਤਵੱਜੋਂ ਦਿੰਦਾ ਧਿਆਨ ਦਿੰਦਾ ਉਸ ਕੰਮ ਵਿੱਚ ਉਹ ਉਤਨੀ ਵੱਡੀ ਬੁਲੰਦੀ ਨੂੰ ਹਾਸਲ ਕਰ ਲੈਂਦਾ ਤਵਜੋ ਜਿਹੜੇ ਨਿਰੰਕਾਰ ਪਰਮੇਸ਼ਰ ਵੱਲ ਦਿੰਦੇ ਆ ਭਾਵ ਜਿਨ੍ਹਾਂ ਦਾ ਧਿਆਨ ਪਰਮਾਰਥ ਵਾਲੇ ਪਾਸੇ ਆ ਉਹ ਉੱਚੀ ਬਲੰਦੀ ਨੂੰ ਹਾਸਲ ਹੁੰਦੇ ਹਨ ਖੈਰਬੰਦ ਸਤੀ ਹੈ ਜਿਹੜਾ ਸਤ ਨਾਲ ਜੁੜਿਆ ਹੋਇਆ ਉਹ ਹੀ ਅਸਲ ਵਿੱਚ ਖੈਰਬੰਦ ਹੈ ਖੈਰਬੰਦ ਕਿਹਨੂੰ ਕਹਿੰਦੇ ਆ ਉਹਾਂ ਖੈਰ ਖੈਰ ਦਾ ਮਤਲਬ ਖੁਸ਼ੀ ਸੁਖ ਆਨੰਦ ਖੈਰ ਦਾ ਮਤਲਬ ਮੰਗ ਵੀ ਹੁੰਦਾ ਸੇਖ ਫਰੀਦਾ ਖੈਰ ਇੱਥੇ ਖੈਰ ਦਾ ਮਤਲਬ ਹੈ ਦੀਜੇ ਬੰਦਗੀ ਵੀ ਮਹਾਰਾਜ ਸਾਨੂੰ ਇਹ ਖੈਰ ਪਾਓ ਸਾਡੀ ਝੋਲੀ 'ਚ ਇਹ ਸੁੱਖ ਪਾਓ ਤੋ ਜਿਹੜਾ ਸਤ ਨਾਲ ਜੁੜਿਆ ਹੋਇਆ ਸਤੀ ਹੈ ਸਤੀ ਦਾ ਮਤਲਬ ਜਿਹੜਾ ਸਤ ਨਾਲ ਜੁੜਿਆ ਉਹ ਖੈਰਵੰਦ ਹੈ ਯਾਨੀ ਕਿ ਉਹਦੇ ਅੰਦਰ ਸਦਾ ਹੀ ਸੁੱਖ ਤੇ ਖੇੜਾ ਬਣਿਆ ਰਹਿੰਦਾ ਜਿਹਦੇ ਅੰਦਰ ਸਤ ਹੈ ਜਿਹਦੇ ਅੰਦਰ ਝੂਠ ਹੈ ਉਹਦੇ ਅੰਦਰ ਪਰੇਸ਼ਾਨੀ ਹੈ ਉਹਦੇ ਅੰਦਰ ਫਿਕਰ ਹੈ ਉਹਦੇ ਅੰਦਰ ਚਿੰਤਾ ਹੈ ਜਿਸ ਦੇ ਅੰਦਰ ਸਤ ਹੈ ਸਤ ਨਾਲ ਜੁੜਿਆ ਹੋਇਆ ਹੈ ਤਾਂ ਉਸ ਸਤੀ ਦੇ ਅੰਦਰ ਪਾਤਸ਼ਾਹ ਕਹਿੰਦੇ ਸਦਾ ਹੀ ਖੈਰ ਹੈ ਸਦਾ ਹੀ ਸੁਖ ਹੈ ਬੇਖੈਰ ਬਖੀਲ ਹੈ ਬਖੀਲ ਕਹਿੰਦੇ ਨੇ ਈਰਖਾਲੂ ਨੂੰ ਜਿਹੜਾ ਕਿਸੇ ਨਾਲ ਬਖੀਲੀ ਕਰੇ ਜਿਹੜਾ ਕਿਸੇ ਨਾਲ ਈਰਖਾ ਕਰੇ ਜਿਹੜਾ ਕਿਸੇ ਨਾਲ ਦੁਸ਼ਸ਼ ਕਰੇ ਜਿਹੜਾ ਬਖੀਲ ਹੈ ਉਹਦੇ ਅੰਦਰ ਸਦਾ ਹੀ ਬੇਖੈਰ ਹੈ ਯਾਨੀ ਕਿ ਉਹ ਖੈਰ ਦਾ ਮਤਲਬ ਸੁਖ ਜਦੋਂ ਬੇਖੈਰ ਖੈਰ ਤੋਂ ਪਹਿਲਾਂ ਬੱਬਾ ਅੱਖਰ ਲੱਗ ਗਿਆ ਬੇਖੈਰ ਇਹਦਾ ਮਤਲਬ ਵੀ ਉਹਦੇ ਅੰਦਰ ਸੁਖ ਨਹੀਂ ਹੁੰਦਾ ਉਹ ਸੁਖ ਤੋਂ ਉਲਟ ਕੀ ਹੈ ਦੁੱਖ ਉਹ ਧਰ ਦੇ ਵਿੱਚ ਹਮੇਸ਼ਾ ਦੁੱਖ ਰਹਿੰਦਾ ਜਿਹੜਾ ਬਖੀਲੀ ਦੀ ਅੱਗ ਚ ਸੜਦਾ ਜਿਸ ਅੰਦਰ ਈਰਖਾ ਦਵੇਸ਼ ਹੈ ਅੱਜ ਈਰਖਾ ਦੀ ਅੱਗ ਘਰ ਘਰ ਵਿੱਚ ਬਲਦੀ ਹੈ ਦਵੇਸ਼ ਦੀ ਬਖੀਲੀ ਦੀ ਬਿਰਤੀ ਹਰ ਇੱਕ ਹਿਰਦੇ ਵਿੱਚ ਵਰਤ ਰਹੀ ਹੈ ਇਹ ਮੇਰੇ ਤੋਂ ਅੱਗੇ ਕਿਵੇਂ ਚਲਾ ਜਾਏ ਇਹਦੇ ਵਿੱਚ ਮੇਰੇ ਤੋਂ ਵੱਧ ਗੁਣ ਕਿਉਂ ਇਹਦੇ ਕੋਲ ਮੇਰੇ ਤੋਂ ਵਧੀਆ ਇਹ ਵਸਤੂ ਕਿਉਂ ਇਹ ਬਖੀਲੀ ਹੈ ਇਹ ਈਰਖਾ ਹੈ। ਇਹਦੇ ਖੇਤ ਵਿੱਚ ਮੇਰੀ ਫਸਲ ਨਾਲੋਂ ਵਧੀਆ ਫਸਲ ਕਿਉਂ ਖੜੀ ਐ? ਇਹਦਾ ਘਰ ਮੇਰੇ ਘਰ ਨਾਲੋਂ ਵਧੀਆ ਕਿਉਂ ਐ? ਇਹਨੂੰ ਬਖੀਲੀ ਕਹਿੰਦੇ ਐ, ਈਰਖਾ ਕਹਿੰਦੇ ਐ। ਇਸ ਬਖੀਲੀ ਨਾਲ ਜਿਹੜੇ ਜੀਵ ਸੜ ਰਹੇ ਨੇ, ਉਹਨਾਂ ਅੰਦਰ ਹਮੇਸ਼ਾ ਬੇਖੈਰ ਐ। ਯਾਨੀ ਕਿ ਉਹ ਹਮੇਸ਼ਾ ਸੁੱਖ ਤੋਂ ਵਿਹੋਣੇ। ਵਾਂਝੇ ਹੋ ਕੇ ਦੁੱਖ ਦੇ ਸਹਤ ਰਹਿੰਦੇ ਹਨ ਜ਼ੋਰ ਜ਼ੁਲਮ ਹੈ ਜਿੱਥੇ ਜ਼ੋਰ ਹੋਵੇਗਾ ਉਹ ਜ਼ੁਲਮ ਹੈ ਕਿਸੇ ਵੀ ਕੰਮ ਨਾਲ ਤੁਸੀਂ ਜ਼ੋਰ ਪਾਉਂਦੇ ਹੋ ਕਿਸੇ ਤੇ ਜ਼ੋਰ ਨਾਲ ਕਿਸੇ ਨੂੰ ਗੱਲ ਮਨਾਉਂਦੇ ਹੋ ਜ਼ੋਰ ਨਾਲ ਆਪਣੀ ਈਨ ਮਨਾਉਂਦੇ ਹੋ ਉਹ ਜ਼ੋਰ ਜ਼ੁਲਮ ਹੈ ਜਿੱਥੇ ਜ਼ੋਰ ਹੈ ਉੱਥੇ ਜ਼ੁਲਮ ਹੈ ਜ਼ੋਰ ਕੀਆ ਸੋ ਜ਼ੁਲਮ ਹੈ ਪਾਤਸ਼ਾਹ ਕਹਿੰਦੇ ਜਿੱਥੇ ਜ਼ੋਰ ਕਰੋਗੇ ਉੱਥੇ ਜ਼ੁਲਮ ਹੈ ਪਹਿਲੇ ਜਾਮੇ 'ਚ ਗੁਰਨਾਨਕ ਸਾਹਿਬ ਨੂੰ ਪੰਡੇ ਸਾਰੇ ਇਕੱਠੇ ਹੋ ਕੇ ਕਹਿੰਦੇ ਜੀ ਜਨੇਊ ਪਾਉਣਾ ਜਬਰੀ ਪਾਵਾਂਗੇ ਜੇ ਨਹੀਂ ਪਾਉਂਦੇ। ਪਾਤਸ਼ਾਹ ਉੱਠ ਕੇ ਖਲੋਗੇ ਕਹਿੰਦੇ ਜ਼ੋਰ ਨਾਲ ਗਲ 'ਚ ਪਾਉਗੇ ਤੇ ਅਸੀਂ ਨਹੀਂ ਪਾਉਂਦੇ। ਇਹ ਜ਼ੁਲਮ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੇ ਨੌਵੇਂ ਜਾਮੇ 'ਚ ਪਾਤਸ਼ਾਹ ਵੇਖਿਆ ਵੀ ਔਰੰਗਜ਼ੇਬ ਇਹਨਾਂ ਦੇ ਲੋਕਾਂ ਦੇ ਗਲਾਂ 'ਚੋਂ ਜਬਰੀ ਲਾ ਰਿਹਾ ਜਨੇਊ। ਇਹ ਪਾਤਸ਼ਾਹ ਜਾ ਕੇ ਦਿੱਲੀ ਦੇ ਚਾਂਦਨੀ ਚੌਕ 'ਚ ਆਪਣਾ ਸੀਸ ਦੇਂਦੇ ਕਹਿੰਦੇ ਜੇ ਜ਼ੋਰ ਨਾਲ ਲਾਹੋਗੇ ਤੇ ਲਾਉਣ ਵੀ ਨਹੀਂ ਦੇਣਾ ਕਿਉਂਕਿ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਿੱਥੇ ਜ਼ੋਰ ਨਾਲ ਕਿਸੇ ਨੂੰ ਗੱਲ ਮਨਾਈ ਜਾਵੇ ਉਹਨੂੰ ਜ਼ੁਲਮ ਕਹਿੰਦੇ ਐ ਜ਼ੋਰ ਨਾਲ ਕਿਸੇ ਤੇ ਕਿਸੇ ਪ੍ਰਕਾਰ ਦੀ ਬਿਰਤੀ ਬਣਾ ਕੇ ਥੋਪ ਦਿੱਤੀ ਜਾਏ ਜ਼ੋਰ ਨਾਲ ਕਾਨੂੰਨ ਬਣਾ ਕੇ ਕਿਸੇ ਤੇ ਥੋਪ ਦਿੱਤੇ ਜਾਣ ਜੋਰ ਨਾਲ ਉਹਦਾ ਦੇ ਪ੍ਰਬੰਧ ਬਣਾ ਕੇ ਜ਼ਬਰਦਸਤੀ ਕਿਸੇ ਤੇ ਥੋਪ ਦਿੱਤੇ ਜਾਣ ਉਹ ਸਭ ਜ਼ੁਲਮ ਦਾ ਰੂਪ ਨੇ ਜਿੱਥੇ ਜ਼ੋਰ ਹੈ ਉੱਥੇ ਜ਼ੁਲਮ ਹੈ ਤਾਂ ਪਾਤਸ਼ਾਹ ਕਹਿੰਦੇ ਭਾਈ ਜੇ ਤੁਸੀਂ ਕਿਸੇ ਤੇ ਜ਼ਬਰਦਸਤੀ ਕਰਦੇ ਹੋ ਕਿਸੇ ਤੇ ਜ਼ੋਰ ਅਜਮਾਇਸ਼ ਕਰਦੇ ਹੋ ਭਾਵੇਂ ਜ਼ਬਰੀ ਕਿਸੇ ਨੂੰ ਆਪਣਾ دین ਮਨਾਉਂਦੇ ਹੋ ਜ਼ਬਰੀ ਕਿਸੇ ਨੂੰ ਆਪਣਾ ਧਰਮ ਮਨਾਉਂਦੇ ਹੋ ਜ਼ਬਰੀ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ ਲੋਭ ਦੇ ਕੇ ਕਿਸੇ ਦਾ ਧਰਮ ਤਬਦੀਲ ਕਰਦੇ ਹੋ ਤਾਂ ਉਹ ਜ਼ੋਰ ਜ਼ੁਲਮ ਹੈ ਬੇਜ਼ੋਰ پاک ਹੈ ਜਿਹੜਾ ਬੇਜ਼ੋਰ ਹੋ ਕੇ ਰਵੇ ਯਾਨੀ ਕਿ ਕਿਸੇ ਤੇ ਜ਼ੋਰ ਜਮੈਸ਼ ਨਾ ਕਰੇ ਪਾਤਸ਼ਾਹ ਕਹਿੰਦੇ ਉਹ پاک ਹੈ ਉਹ ਪਵਿੱਤਰ ਹੈ ਜਿਹੜਾ ਕਿਸੇ ਤੇ ਜ਼ੋਰ ਨਾ ਕਰੇ ਯਾਨੀ ਕਿ ਕਿਸੇ ਤੇ ਜ਼ੁਲਮ ਨਾ ਕਰੇ ਜਿਹੜਾ ਜ਼ੋਰ ਕਰੇਗਾ ਜ਼ੁਲਮ ਕਰੇਗਾ ਜਿਹੜਾ بے زور ਹੋਵੇਗਾ ਜਿਹੜਾ ਆਖੇ ਵਾਹਿਗੁਰੂ ਮੇਰੇ ਚ ਜ਼ੋਰ ਹੈ ਨਹੀਂ ਜ਼ੋਰ ਤੇਰਾ ਹੈ ਤੇਰਾ ਜ਼ੋਰ ਚਾਚਰੀ ਛੰਦ ਕਲਗੀ ਤਰ ਕਹਿੰਦੇ ਤੇਰੇ ਜ਼ੋਰ ਨਾਲ ਹੀ ਮੈਂ ਕਹਿਣਾ ਇਹ ਚਾਚਰੀ ਛੰਦ ਜ਼ੋਰ ਹੀ ਤੇਰਾ ਮੇਰੇ ਚ ਆਪਣਾ ਕੋਈ ਜ਼ੋਰ ਨਹੀਂ ਨਾ ਜੀਵਨ ਵਿੱਚ ਜ਼ੋਰ ਹੈ ਨਾ ਮਰਨ ਵਿੱਚ ਜ਼ੋਰ ਹੈ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਨਾ ਰੋਜ਼ ਉਹ ਕਦੇ ਕਿਸੇ ਤੇ ਜ਼ੋਰ ਜ਼ੁਲਮ ਨਹੀਂ ਕਰਦਾ ਜਿਹੜਾ ਜਪਜੀ ਸਾਹਿਬ ਦੇ ਭਾਵ ਨੂੰ ਸਮਝ ਕੇ ਆਪਣੇ ਹਿਰਦੇ ਚ ਬਸਾਉਂਦਾ ਨਾ ਉਹ ਸਮਝ ਜਾਂਦਾ ਵੀ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ ਸਾਡਾ ਜ਼ੋਰ ਕਿਤੇ ਵੀ ਨਹੀਂ ਚੱਲਦਾ ਨਾ ਜੀਵਨ ਵਿੱਚ ਨਾ ਮਰਨ ਵਿੱਚ ਇਹ ਸਭ ਜ਼ੋਰ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ ਤੋ ਇਸ ਕਰਕੇ ਭਾਈ ਜਿਹੜੇ ਬੇਜੋਰ ਹੋ ਕੇ ਰਹਿੰਦੇ ਆ ਉਹ پاک ਨੇ ਪਵਿੱਤਰ ਹਨ ਮੁਸਾਫਾ ਸਿਫਤ ਹੈ ਮੁਸਾਫਾ ਕਹਿੰਦੇ ਆ ਕਿਸੇ ਦੇ ਸਨਮੁਖ ਕਿਸੇ ਦੇ ਦਰਬਾਰ ਦੇ ਵਿੱਚ ਜਿਵੇਂ ਕੋਈ ਸਨਮੁਖ ਹੋ ਕੇ ਉਪਮਾ ਕਰਦਾ ਉਹਨੂੰ ਕਹਿੰਦੇ ਨੇ ਮੁਸਾਫਾ ਸਾਹਮਣੇ ਆ ਕੇ ਕਹਿੰਦੇ ਹੈ ਸਾਹਿਬ ਤੇਰੀ ਸਿਫਤ ਹੋਈ ਐ ਜਿਹੜੀ ਤੇਰੇ ਸਾਹਮਣੇ ਹੋ ਕੇ ਕੀਤੀ ਜਾਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਸਿਫਤ ਹੋਈ ਐ ਜਿਹੜੀ ਤੇਰੇ ਸਾਹਮਣੇ ਹੋ ਕੇ ਕੀਤੀ ਜਾਵੇ ਕਿ ਤੂੰ ਹਾਜ਼ਰ ਹੈ ਪਰਮੇਸ਼ਰ ਨੂੰ ਹਾਜ਼ਰ ਸਮਝ ਕੇ ਉਹਦੀ ਸਿਫਤ ਕਰਨੀ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਪੰਥ ਦੇ ਬੜੇ ਮਹਾਨ ਵਿਦਵਾਨ ਮਹਾਂਪੁਰਸ਼ ਹੋਏ ਕਸ਼ਮੀਰ ਦੇ ਇਲਾਕੇ ਚ ਇੱਕ ਨਗਰ ਚ ਫਿਰ ਰਹੇ ਸੀ ਚਕਾਰ ਦਾ ਇਲਾਕਾ ਹੈ ਰਾਤ ਦੇ ਸਮੇਂ ਇੱਕ ਗੁਰੂ ਘਰ ਚਲੇ ਗਏ ਤੇ ਉੱਥੇ ਅਕਸਰ जाया ਕਰਦੇ ਸੀ ਅੰਮ੍ਰਿਤ ਵੇਲੇ ਦਾ ਸਮਾਂ ਤੇ ਦਰਬਾਰ ਚ ਭਾਈ ਅਕਾਲੀ ਕੌਰ ਸਿੰਘ ਜੀ ਇਸ਼ਨਾਨ ਕਰਕੇ ਪਿਛਲੇ ਪਾਸੇ ਹਨੇਰਾ ਸੀ ਲਾਈਟਾਂ ਦੇ ਪ੍ਰਬੰਧ ਨਹੀਂ ਸਨ ਤੇ ਪਿੱਛੇ ਹੀ ਬਹਿ ਗਏ ਸਾਧਨਾ ਕਰਨ ਵਾਸਤੇ ਤੇ ਰਾਗੀ ਸਿੰਘ ਆਏ ਇੱਕ ਰਾਗੀ ਸਿੰਘ ਕਹਿੰਦਾ ਵੀ ਆਪਾਂ ਕੀਰਤਨ ਕਰੀਏ ਸ਼ੁਰੂ ਆਸਾ ਜੀ ਦੀ ਵਾਰ ਦਾ ਦੂਜਾ ਕਹਿੰਦਾ ਸੰਗਤ ਤੇ ਆਈ ਨਹੀਂ ਉਹ ਕਹਿੰਦਾ ਨਹੀਂ ਆਈ ਸੰਗਤ ਆਪਾਂ ਮਰਿਆਦਾ ਤਾਂ ਕਰੀਏ ਵੀ ਆਪਾਂ ਤਾਂ ਆਪਣੇ ਮਰਿਆਦਾ ਨਿਭਾਉਣੀ ਹੈ ਉਹ ਕਹਿੰਦੇ ਜੇ ਸੰਗਤ ਨਹੀਂ ਆਈ ਤੇ ਸੁਣਾਣਾ ਕਿਨੂੰ ਹੈ ਅਕਾਲੀ ਜੀ ਪਿੱਛੇ ਰਾਗੀ ਸਿੰਘਾਂ ਦੀ ਬਹਿਸ ਸੁਣੀ ਜਾਣ ਬੈਠੇ ਪਿਛਲੇ ਪਾਸੇ ਸੀ ਉਹਨਾਂ ਨੂੰ ਨਹੀਂ ਪਤਾ ਵੀ ਅਕਾਲੀ ਜੀ ਬੈਠੇ ਆ ਮਗਰ ਅਕਾਲੀ ਜੀ ਨੇ ਆਵਾਜ਼ ਮਾਰੀ ਆਖਿਆ ਰਾਗੀ ਸਿੰਘ ਜੀ ਦੇਨ ਦੁਨੀਆ ਦੇ ਸ਼ੈਨ ਸ਼ਾਹ ਧੰਨ ਗੁਰੂ ਗ੍ਰੰਥ ਸਾਹਿਬਾ ਹਾਜ਼ਰ ਨੇ ਤੁਸੀਂ ਕੀਰਤਨ ਉਹਨਾਂ ਨੂੰ ਸੁਣਾਓ ਉਹ ਤਾਂ ਹਾਜ਼ਰ ਨੇ ਯਾਨੀ ਕਿ ਸਿਫਤ ਕਰਨ ਦਾ ਮਤਲਬ ਇਹ ਹੈ ਵੀ ਆਪਣੇ ਮਾਲਕ ਨੂੰ ਮੁਸਾਫਾ ਸਨਮੁਖ ਜਾਣ ਕੇ ਕਿ ਮੇਰੇ ਸਹਬ ਮੇਰੇ ਸਨਮੁਖ ਨੇ ਇਹ ਜਾਣ ਕੇ ਉਹਨਾਂ ਦੀ ਸਿਫਤ ਕਰਨੀ ਵੀ ਉਹ ਹਾਜ਼ਰ ਬੈਠੇ ਸੁਣ ਰਹੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਬੋਲ ਰਿਹਾ ਭੈ ਨਾਲ ਬੋਲਣਾ ਦਾਵੇ ਕਰਕੇ ਨਹੀਂ ਬੋਲਣੇ ਦਾਵਾ ਕਰਕੇ ਨਹੀਂ ਬੋਲਣਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਤ ਗੁਰਾਂ ਦੀ ਹਜ਼ੂਰੀ ਵਿੱਚ ਦਾਵਾ ਕੇਵਲ ਗੁਰੂ ਦਾ ਚੱਲਦਾ ਬੰਦਿਆਂ ਦਾ ਨਹੀਂ ਜੋ ਮੈਂ ਕਹਾ ਇਹੀ ਸੱਤ ਹੈ ਇਹ ਦਾਵਾ ਨਹੀਂ ਹੁੰਦਾ ਗੁਰੂ ਸਾਹਿਬ ਦਾ ਭੈ ਮੰਨ ਕੇ ਸਤਿਗੁਰਾਂ ਦਾ ਅਦਬ ਆਪਣੇ ਹਿਰਦੇ ਚ ਮੰਨ ਕੇ ਬੁਲਾਰਾ ਬੋਲੇ ਸਿਫਤ ਕਰਨ ਵਾਲਾ ਸਿਫਤ ਕਰੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਸਤਿਗੁਰਾਂ ਦਾ ਭੈ ਮੰਨ ਕੇ ਗੁਰਦੇਵ ਦਾ ਅਦਬ ਮੰਨ ਕੇ ਤੋ ਮੁਸਾਫਾ ਸਿਫਤ ਹੈ ਸਾਹਮਣੇ ਹੋ ਕੇ ਮਹਾਰਾਜ ਜੀ ਦੇ ਸਨਮੁਖ ਹੋ ਕੇ ਸਿਫਤ ਕਰਨੀ ਇਹ ਸਿਫਤ ਪ੍ਰਵਾਨ ਹੈ ਹਕਮਤ ਕਤਿਬ ਹੈ ਹਕਮਤ ਕਹਿੰਦੇ ਨੇ ਇਲਾਜ ਨੂੰ ਜਿਹੜੇ ਕਤੇਵਾਦਕ ਧਰਮ ਗ੍ਰੰਥ ਨੇ ਜਿਤਨੇ ਵੀ ਧਰਮ ਗ੍ਰੰਥ ਨੇ ਚਾਹੇ ਉਹ ਮੁਸਲਮਾਨਾਂ ਦੇ ਨੇ ਚਾਹੇ ਉਹ ਹਿੰਦੂਆਂ ਦੇ ਨੇ ਚਾਹੇ ਉਹ ਬੋਧੀਆਂ ਦੇ ਨੇ ਚਾਹੇ ਉਹ ਜੈਨੀਆਂ ਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਧਰਮ ਗ੍ਰੰਥ ਜਿਹੜਾ ਜਿਹੜਾ ਜਿਸ ਜਿਸ ਧਰਮ ਗ੍ਰੰਥ ਵਿੱਚ ਆਸਥਾ ਰੱਖਦਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਦੇ ਆ ਸਾਡੇ ਵਾਸਤੇ ਸਾਡੀ ਹਕਮਤ ਸਾਡਾ ਇਲਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ ਸਰਬ ਰੋਗਾਂ ਦੀ ਦਵਾਈ ਸਰਬ ਰੋਗ ਦਾ ਔਖਦ ਨਾਮ ਉਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ ਸਾਡੇ ਵਾਸਤੇ। ਇਹੀ ਸਾਡੇ ਲਈ ਹਕਮਤ ਹੈ। ਇਹਦੇ ਤੋਂ ਵੱਡੀ ਹਕਮਤ ਨਹੀਂ ਸਾਰੀਆਂ ਬਿਮਾਰੀਆਂ ਦਾ ਇਲਾਜ ਗੁਰਬਾਣੀ ਦੱਸਦੀ। ਈਰਖਾ ਦਾ ਇਲਾਜ ਦੱਸਦੀ ਹੈ, ਕਾਮ ਦਾ, ਕ੍ਰੋਧ ਦਾ ਇਹ ਸਾਰੀਆਂ ਬਿਮਾਰੀਆਂ ਹੀ ਨੇ ਚੰਬੜੀਆਂ ਹੋਈਆਂ। ਤੋ ਜਿਹੜੇ ਜਿਹੜੇ ਜਿਸ ਜਿਸ ਧਰਮ ਗ੍ਰੰਥ ਨੂੰ ਮੰਨਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਉਹਦੇ ਵਿੱਚ ਆ ਉਹਨਾਂ ਦੇ ਆਪਣੇ ਧਰਮ ਗ੍ਰੰਥਾਂ ਵਿੱਚ ਉਹਨਾਂ ਦੇ ਮਹਾਪੁਰਸ਼ਾਂ ਨੇ ਅਵਤਾਰਾਂ ਨੇ ਪੈਗੰਬਰਾਂ ਨੇ ਉਹ ਦੱਸਿਆ ਹੋਇਆ ਪਰ ਲੋਕ ਉਸ ਪਾਸੇ ਤਵੱਜੋ ਨਹੀਂ ਦਿੰਦੇ ਧਿਆਨ ਨਹੀਂ ਦਿੰਦੇ ਹਾਂਜੀ ਦੁਆਏ ਦੌਲਤ ਸਭ ਤੋਂ ਵੱਡੀ ਦੌਲਤ ਹੈ ਦੁਆ ਤੁਸੀਂ ਕਿਸੇ ਦੀਆਂ ਦੁਆਵਾਂ ਖੱਟੋ ਇਹ ਸਭ ਤੋਂ ਵੱਡੀ ਦੌਲਤ ਹੈ ਕਿਵੇਂ ਦੀਆਂ ਦੁਆਵਾਂ ਹਾਸਲ ਕਰਨੀਆਂ ਦੁਆਵਾ ਕੋਈ ਤਾਂ ਹੀ ਦੇਗਾ ਜੇ ਕੋਈ ਦੁਆਵਾਂ ਵਾਲਾ ਕੰਮ ਕਰਾਂਗੇ ਜੇ ਵੱਦ ਦੁਆਵਾਂ ਵਾਲੇ ਕੀਤੇ ਆ ਤੇ ਵੱਦ ਦੁਆਵਾਂ ਹੀ ਮਿਲਦੀਆਂ ਨੇ ਖਬਰ ਇਹ ਕਿਦੀ ਰਸਨਾ ਤੇ ਕਿਹੜੇ ਵੇਲੇ ਪ੍ਰਮਾਤਮਾ ਨੇ ਬੋਲ ਪਣ ਖਬਰ ਇਹ ਕਿਹੜਾ ਕਹਿ ਦਿਓ ਜਾਂ ਚਿਰਾਂ ਤੋਂ ਵਿਛੜਿਆ ਮਿਲ ਜਾ ਖਬਰ ਇਹ ਕਿਹਦੇ ਕਹਿਣ ਨਾਲ ਮੇਲ ਹੋ ਜਾਏ ਖਬਰੇ ਕਿਹਦੇ ਕਹਿਣ ਨਾਲ ਮਹਾਰਾਜ ਜੀ ਦੇ ਪੱਲੇ ਪੈ ਜਾਈਏ ਇਸ ਕਰਕੇ ਦਵਾਵਾਂ ਵਰਗੀ ਦੌਲਤ ਕੋਈ ਨਹੀਂ ਦੁਨੀਆ 'ਚ ਦੁਆਏ ਦੌਲਤ ਹੈ ਦਵਾਵਾਂ ਜਾਂ ਇਦਾਂ ਕਹਿ ਲਈਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਫਰਿਆਦ ਕਰਨੀ ਇਹੀ ਸਭ ਤੋਂ ਵੱਡੀ ਦੌਲਤ ਹੈ ਬਦ ਦੁਆਏ ਕਹਿਰ ਕਿਸੇ ਦੀ ਬਦ ਦੁਆ ਲੈਣੀ ਇਹਦੇ ਵਰਗਾ ਕਹਿਰ ਕੋਈ ਨਹੀਂ ਸੰਸਾਰ 'ਚ ਸਭ ਤੋਂ ਵੱਡਾ ਕਹਿਰ ਹੈ ਕਿਸੇ ਦੀ ਬਦ ਦੁਆ ਕਿਉਂਕਿ ਦੁਆ ਵੀ ਦਿਲ ਚੋਂ ਨਿਕਲਦੀ ਹੈ ਤੇ ਬਦ ਦੁਆ ਵੀ ਦਿਲ ਚੋਂ ਨਿਕਲਦੀ ਹੈ ਇਹ ਦੋਵੇਂ ਚੀਜ਼ਾਂ ਹਿਰਦੇ ਚੋਂ ਨਿਕਲਦੀਆਂ ਨੇ ਦੁਆ ਵੀ ਜ਼ੁਬਾਨ ਤੋਂ ਭਵੇਂ ਉਦਾਂ ਕਹੀ ਜਾਏ ਉਹ ਜੀਮਦਾਰ ਹੈ ਉਹ ਜਵਾਨੀਆਂ ਮਾਣ ਪਰ ਅਸਲੀ ਦੁਆ ਉਦੋਂ ਹੈ ਜਦੋਂ ਹਿਰਦੇ ਚੋਂ ਨਿਕਲੇ ਜਾਂ ਉਹ ਚੜਤ ਸਿਆ ਜਾਂ ਉਹ ਚੜਤ ਸਿਆ ਤੋਂ ਜਿਵੇਂ ਗੁਰੂ ਦੇ ਭੀਰ ਦੀ ਰਾਖੀ ਕੀਤੀ ਹੈ ਜਾ ਤੇਰੀਆਂ ਪੁਸ਼ਤਾਂ ਵਿੱਚ ਖਾਲਸੇ ਪੰਥ ਦਾ ਰਾਜ ਹੋਵੇਗਾ ਇਹ ਦੁਆ ਦਿੱਤੀ ਸੀ ਪੰਥ ਦੇ ਵਹਿੀਰ ਨੇ ਵੱਡੇ ਘੱਲੂ ਘਾਰੇ ਵਿੱਚ ਕੁੱਪਰਹੀੜ ਦੇ ਮੈਦਾਨ ਵਿੱਚ ਚੜਤ ਸਿੰਘ ਸ਼ੁਕਰ ਚੱਕੀਏ ਨੂੰ ਉਹਦਾ ਪੁੱਤਰ ਬਾਹ ਸਿੰਘ ਫਿਰ ਉਹਦਾ ਪੁੱਤਰ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋ ਕੇ ਰਾਜ ਕੀਤਾ ਉਹ ਪੰਥ ਦੀ ਦੁਆ ਨਿਕਲੀ ਸੀ ਦਿਲੋਂ ਪੰਥ ਨੇ ਦੁਆ ਦਿੱਤੀ ਸੀ ਚੜਤ ਸਿੰਘ ਨੂੰ ਅਸੀਸ ਦਿੱਤੀ ਸੀ ਇਸ ਕਰਕੇ ਖਾਲਸਾ ਜੀ ਦੁਆਵਾਂ ਦੀ ਦੌਲਤ ਇਕੱਠੀ ਕਰੀਏ ਤੇ ਬਾਦਸ਼ਾਹ ਕਹਿੰਦੇ ਜਿਹੜੀ ਬਦ ਦੁਆ ਹੈ ਨਾ ਬਦ ਦੁਆ ਉਹ ਬੜਾ ਵੱਡਾ ਕਹਿਰ ਹੈ ਕਿਸੇ ਦੀ ਬਦ ਦੁਆ ਨਾ ਖੱਟੀਏ ਦੁਆਵਾਂ ਲਈਏ ਯਤਨ ਕਰਿਆ ਕਰੀਏ ਵੀ ਬਦ ਦੁਆ ਕਿਸੇ ਕੋਲੋਂ ਲਈਏ ਹੀ ਨਾ ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਨੂੰ ਕੜਵਾ ਬੋਲਾਂਗੇ ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦਾ ਨੁਕਸਾਨ ਕਰਾਂਗੇ ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦਾ ਬਣਦਾ ਕੰਮ ਆਪਣੇ ਹੱਥੀ ਵਿਗਾੜਾਂਗੇ ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦੀ ਚੁਗਲੀ ਕਰਕੇ ਉਹਦਾ ਕੰਮ ਵਿਗਾੜਾਂਗੇ ਉਦੋਂ ਬਦ ਦੁਆਵਾਂ ਮਿਲਦੀਆਂ ਨੇ ਤੇ ਜਿਹੜੀਆਂ ਬਦ ਦੁਆਵਾਂ ਨੇ ਪਾਤਸ਼ਾਹ ਕਹਿੰਦੇ ਇਹ ਬੜਾ ਵੱਡਾ ਕਹਿਰ ਹੈ ਇਨਸਾਫ ਸਾਪ ਐ ਜਿਹੜਾ ਇਨਸਾਫ ਕਰਨਾ ਹੈ ਇਨਸਾਫ ਦਾ ਤਰਾਜੂ ਪਰਮੇਸ਼ਰ ਨੇ ਹਰ ਬੰਦੇ ਦੇ ਹੱਥ ਵਿੱਚ ਦਿੱਤਾ ਹੈ ਜਿਹੜਾ ਇਨਸਾਫ ਕਰਦਾ ਉਹ ਸਾਫ਼ ਹੈ ਜਿਹੜਾ ਬੇਇਨਸਾਫੀ ਕਰੇ ਉਹ ਕਦੇ ਸਾਫ਼ ਨਹੀਂ ਹੁੰਦਾ ਸਾਫ਼ ਉਹ ਹੈ ਜਿਹੜਾ ਇਨਸਾਫ ਕਰੇ ਚੋਰੀ ਲਾਲਚ ਹੈ ਕਹਿੰਦੇ ਲਾਲਚ ਕਰਨਾ ਇਹ ਸਭ ਤੋਂ ਵੱਡੀ ਚੋਰੀ ਹੈ ਲਾਲਚ ਇੱਕ ਤਾਂ ਚੋਰੀ ਹੁੰਦੀ ਤੁਸੀਂ ਸਰੀਰ ਕਰਕੇ ਕੋਈ ਵਸਤੂ ਚੋਰੀ ਕੀਤੀ ਉਹਦੇ ਤੋਂ ਬੜੇ ਲੋਕ ਬਚ ਜਾਂਦੇ ਇੱਕ ਹੁੰਦਾ ਮਨ 'ਚ ਲਾਲਚ ਕਰਨਾ ਵੀ ਕਿਸੇ ਦੀ ਵਸਤੂ ਵੇਖਣੀ ਤੇ ਕਹਿਣਾ ਇਹ ਮੇਰੀ ਹੋਵੇ ਹੁਣ ਉੱਥੇ ਤਾਂ ਪਤਾ ਨਹੀਂ ਅਗਲੇ ਨੂੰ ਵੀ ਇਹ ਕੀ ਸੋਚੀ ਜਾਂਦਾ ਪਰ ਚੋਰੀ ਤਾਂ ਮਨ 'ਚ ਸੋਚ ਲਈ ਲਾਲਚ ਕੀਤਾ ਜਦੋਂ ਉਹ ਲਾਲਚ ਹੀ ਚੋਰੀ ਹੈ ਔਰ ਇਹ ਚੋਰੀ ਦੁਨੀਆ ਵਿੱਚ 99.9 ਇੰਨੇ ਬੰਦੇ 1 ਪੁਆਇੰਟ ਪਿੱਛੇ ਬਚਿਆ ਭਵੇਂ ਕੋਈ ਰਹਿ ਗਿਆ ਹੋਵੇ ਇਹ ਚੋਰੀ ਤਕਰੀਬਨ ਇੰਨੇ ਕੁ ਲੋਕ ਕਰਦੇ ਨੇ ਸੰਸਾਰ 'ਚ 99.9 ਇਸ ਚੋਰੀ ਤੋਂ ਨਹੀਂ ਕੋਈ ਬਚਿਆ ਵਿਰਲਾ ਹੀ ਬਚਿਆ ਹੋਵੇ ਹੁਣ ਉਹ ਵਿਰਲਾ ਜਿਹੜਾ ਬਚਿਆ ਹੋਵੇ ਮਾਫ਼ ਕਰਨਾ ਜਿਹੜਾ 1% ਪਿੱਛੇ ਦੱਸ ਦਿੰਦਾ ਨਾ ਵੀ ਰਹਿ ਗਿਆ 9 ਤੋਂ ਵਿੱਚੋਂ ਵੀ ਇੱਕ ਪਿੱਛੇ ਅਸੀਂ ਉਹਨੂੰ ਵੀ ਆਪਣੇ ਆਪ ਤੇ ਲਾ ਲੈਣਾ ਵੀ ਉਹ ਮੈਂ ਆ ਇਹ ਤਾਂ ਸਾਡੀ ਬਿਰਤੀ ਹੈ ਇਹ ਤਾਂ ਸਾਡੇ ਅੰਦਰ ਪਰ ਸਵੈ ਵਿਸ਼ਲੇਸ਼ਣ ਨਹੀਂ ਕਰਨਾ ਆਪਣੇ ਅੰਦਰ ਝਾਤੀ ਮਾਰ ਕੇ ਕਿ ਇਹ ਜਿਹੜੀ ਗੱਲ ਗੁਰੂ ਬਾਬਾ ਜੀ ਕਹਿ ਰਹੇ ਨੇ ਕਿ ਵਾਕਈ ਸਾਡੇ ਅੰਦਰ ਇਦਾਂ ਦੀ ਲਾਲਚ ਦੀ ਬਿਰਤੀ ਹੁੰਦੀ ਆ ਕਦੇ ਜੇ ਹੁੰਦੀ ਆ ਤੇ ਫਿਰ ਅਸੀਂ ਵੀ ਚੋਰ ਆ ਨਹੀਂ ਹੁੰਦੀ ਜੇ ਕਿਸੇ ਦੀ ਕੋਈ ਕਰੋੜਾਂ ਦੀ ਵਸਤੂ ਵੇਖ ਕੇ ਵੀ ਮਨ 'ਚ ਬਿਰਤੀ ਨਹੀਂ ਉੱਪਕਦੀ ਕਿ ਇਹ ਵਸਤੂ ਮੇਰੀ ਨਾ ਹੋਵੇ ਜਾਂ ਹੋਵੇ ਇਹ ਫੁਰਨਾ ਹੀ ਨਾ ਹੋਵੇ ਫਿਰ ਕਹਿ ਸਕਦੇ ਆਂ ਵੀ ਅਸੀਂ ਗੁਰੂ ਬਾਬੇ ਦੀ ਕਿਰਪਾ ਦੇ ਪਾਤਰ ਆਂ ਤੇ ਜੇ ਕਿਸੇ ਦੀ ਕੌਡੀ ਦੀ ਚੀਜ਼ ਵੇਖ ਕੇ ਵੀ ਮਨ ਵਿੱਚ ਲਾਲਚ ਆ ਜਾਂਦਾ ਤਾਂ ਫਿਰ ਅਸੀਂ ਚੋਰ ਹਾਂ ਗੁਰੂ ਬਾਬੇ ਦੇ ਵੀ ਔਰ ਉਸ ਬੰਦੇ ਦੇ ਵੀ ਯਾਰੀ ਪਲੀਤੀ ਐ ਯਾਰੀ ਯਾਰੀ ਦਾ ਮਤਲਬ ਹੈ ਵੱਧ ਫੈਲੀ ਕਰਨ ਦੀ ਬਿਰਤੀ ਕਰਨੀ ਜਿਹੜੀ ਯਾਰੀ ਹੈ ਇਹ ਪਲੀਤੀ ਹੈ ਯਾਨੀ ਕਿ ਇਹ ਪਲੀਤ ਪਲੀਤ ਦਾ ਮਤਲਬ ਮਾੜੀ ਹੈ ਭੈੜੀ ਹੈ ਜਿਹੜੀ ਚੋਰੀ ਵੀ ਮਾੜੀ ਯਾਰੀ ਆਪਾਂ ਕਹਿੰਦੇ ਨਾ ਚੋਰੀ ਯਾਰੀ ਚੋਰੀ ਵੀ ਮਾੜੀ ਯਾਰੀ ਮਤਲਬ ਭੈੜੀਆਂ ਵੱਧ ਫੈਲੀਆਂ ਕਰਨ ਵਾਲੇ ਪਰ ਪੁਰਖ ਗਾਮੀ ਪਰ ਇਸਤਰੀਆਂ ਗਾਮੀ ਉਹ ਜਿਹੜੀ ਯਾਰੀ ਇਦਾਂ ਦੀ ਬਿਰਤੀ ਵਾਲੀ ਏ ਪਲੀਤ ਹੈ ਅਪਵਿੱਤਰ ਹੈ ਸਿਫਤ ਉਜ਼ੂ ਹੈ ਉਹਨੇ ਵਜ਼ੂ ਕਰਦੇ ਆ ਨਾ ਹੱਥ ਪੈਰ ਧੋਂਦੇ ਆ ਜਦੋਂ ਨਮਾਜ਼ ਪੜ੍ਹਦੇ ਹੁੰਦੇ ਆ ਮੁਸਲਮਾਨ ਵੀਰ ਮਹਾਰਾਜ ਜੀ ਕਹਿੰਦੇ ਅਸਲ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਕਰਨੀ ਇਹੀ ਵਜ਼ੂ ਹੈ ਉਹਦੀ ਸਿਫਤ ਕਰਨੀ ਉਹਦੀ ਵਡਿਆਈ ਕਰਨੀ ਇਹ ਪਵਿੱਤਰਤਾ ਹੈ ਬਾਗ ਬਲੀਲ ਆ ਜਿਹੜੀ ਬਾਗ ਦਿੰਦੇ ਉੱਚੀ ਜੀ ਮਹਾਰਾਜ ਜੀ ਕਹਿੰਦੇ ਦਾ ਬਲੇਲ ਹੀ ਹੈ ਕਿਸੇ ਕਮਦੀ ਨਹੀਂ ਬਸ ਉੱਚਾ ਉੱਚਾ ਬੋਲਣਾ ਹੀ ਹੈ ਇਹਦਾ ਤਾਂ ਕੋਈ ਮਤਲਬ ਨਹੀਂ ਰਿਹਾ ਕਰਾਮਾਤ ਕੁਦਰਤ ਹੈ ਕਹਿੰਦੇ ਜੀ ਤੁਹਾਡੇ ਚ ਪੀਰ ਹੋ ਤੁਸੀਂ ਕਰਾਮਾਤੀ ਹੋ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਹੋ ਪੀਰ ਮਲਤਾਨ ਦੇ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਹੈ ਪਰਮੇਸ਼ਰ ਦੀ ਕੁਦਰਤ ਉਹਦੀ ਕੁਦਰਤ ਵਰਗੀ ਕਰਾਮਾਤ ਹੈ ਕਿਤੇ ਇੱਕੋ ਜਗ੍ਹਾ ਤੇ ਗੰਨਾ ਪੈਦਾ ਹੋਇਆ ਨਾਲ ਹੀ ਨਿੰਮ ਪੈਦਾ ਹੋਈ ਹੈ ਜਿਹੜਾ ਪਾਣੀ ਨਿੰਮ ਨੂੰ ਪੈ ਰਿਹਾ ਉਹ ਹੀ ਗੰਨੇ ਨੂੰ ਪੈ ਰਿਹਾ ਹੈ ਜਿਹੜਾ ਤਤ ਗੰਨੇ ਨੂੰ ਪ੍ਰਾਪਤ ਹੋ ਰਹੇ ਨੇ ਉਹੀ ਨਿੰਮ ਨੂੰ ਪ੍ਰਾਪਤ ਹੋ ਰਹੇ ਨੇ ਨਿੰਮ ਕੌੜੀ ਆ ਗੰਨਾ ਮਿੱਠਾ ਇਹ ਕਰਾਮਾਤ ਦੀ ਕੁਦਰਤ ਦੀ ਤਾਂ ਹੋਰ ਕੀ ਆ ਭਾਈ ਉਹ ਗੰਨੇ ਵਿੱਚ ਕਿਹੜਾ ਜਾ ਕੇ ਸ੍ਰਿੰਜਨਲ ਖੰਡ ਭਰ ਗਿਆ ਭਾਈ ਉਹਨੇ ਵੀ ਉਹੀ ਰਸ ਜ਼ਮੀਨ ਚੋਂ ਚੂਸਿਆ ਜਿਹੜਾ ਨਿੰਮ ਨੇ ਚੂਸਿਆ ਉਹਦੇ ਚ ਮਿੱਠਾਪਣ ਪੈਦਾ ਹੋ ਰਿਹਾ ਹੈ ਨੇਮਜ ਕੋੜ ਤਨ ਪੈਦਾ ਹੋ ਰਹੀ ਹੈ ਇਹ ਕੁਦਰਤ ਦੀ ਕਰਾਮਾਤ ਨਹੀਂ ਤਾਂ ਕੀ ਹੈ ਇਹ ਸਾਰੀ ਕੁਦਰਤ ਹੀ ਕਰਾਮਾਤ ਹੈ ਪਾਤਸ਼ਾਹ ਕਹਿੰਦੇ ਕੁਦਰਤ ਕਰਾਮਾਤ ਹੈ ਜਿਹੜੀ ਇਹ ਕੁਦਰਤ ਹੈ ਨਾ ਕਾਦਰ ਦੀ ਇਹ ਸਭ ਤੋਂ ਵੱਡੀ ਕਰਾਮਾਤ ਹੈ ਪ੍ਰਮਾਤਮਾ ਦੀ ਹੋਂਦ ਉਹ ਹੈ ਇਸ ਕਰਾਮਾਤ ਤੋਂ ਪਤਾ ਲੱਗ ਜਾਂਦਾ ਇਸ ਕੁਦਰਤ ਦੀ ਕਰਾਮਾਤ ਤੋਂ ਕਿਵੇਂ ਹਵਾ ਆਪਣੇ ਨਿਯਮ ਨਾਲ ਚੱਲ ਰਹੀ ਆ ਕਿਵੇਂ ਸੂਰਜ ਆਪਣੇ ਨਿਯਮ ਨਾਲ ਚੱਲ ਰਿਹਾ ਹੈ ਇਹ ਕੁਦਰਤ ਦੇ ਰੰਗ ਜਿੰਨੇ ਵੀ ਨਜ਼ਰ ਆਉਂਦੇ ਆ ਇਹ ਕਰਾਮਾਤ ਹੈ ਉਸ ਪਰਮਾਤਮਾ ਦੀ ਜਾਹਰ ਕਰਾਮਾਤ ਹੈ ਪ੍ਰਤੱਖ ਕਰਾਮਾਤ ਹੈ ਹਾਂਜੀ ਫਕੀਰੀ ਸਬੂਰੀ ਐ ਫਕੀਰੀ ਕੀ ਐ ਜਿਹਦੇ ਅੰਦਰ ਸਬਰ ਆਜੇ ਸਬੂਰੀ ਜਿਹਦੇ ਅੰਦਰ ਸਬਰ ਹੈ ਉਹ ਫਕੀਰ ਹੈ ਜਿਹਦੇ ਅੰਦਰ ਬੇਸਬਰੀ ਹੈ ਉਹ ਕਹਾਦਾ ਫਕੀਰ ਭਾਈ ਜਿਹੜਾ ਹਰਲ ਹਰਲ ਹੀ ਕਰਦਾ ਫਿਰੇ ਚਾਰੇ ਪਾਸੇ ਉਹ ਕਹਾਦਾ ਫਕੀਰ ਫਕੀਰਤਾ ਉਹ ਜਿਹੜਾ ਸਬਰ ਨਾਲ ਇੱਕ ਪਾਸੇ ਟਿਕਾਣੇ ਤੇ ਹੋ ਕੇ ਬਹਿ ਜਾਏ ਆਨੰਦ ਚ ਹੋ ਕੇ ਬਹਿ ਜਾਏ ਉਹ ਫਕੀਰ ਹੈ ਜਿਹੜਾ ਹਰਲ ਹਰਲ ਕਰਦਾ ਫਿਰੇ ਕਦੇ ਇੱਧਰ ਕਦੇ ਉੱਧਰ ਭੱਜਿਆ ਹੀ ਫਿਰੇ ਨੱਠੇ ਹੀ ਫਿਰੇ ਨਾ ਦਿਨੇ ਚੈਨ ਨਾ ਰਾਤ ਨੂੰ ਕਹਾਦਾ ਫਕੀਰ ਭਾਈ ਫਕੀਰੀ ਤਾਂ ਹੈ ਸਬਰ ਵਿੱਚ ਜਿੱਥੇ ਸਬੂਰੀ ਆ ਗਈ ਸਬਰ ਆ ਗਿਆ ਉਹੀ ਫਕੀਰੀ ਹੈ ਨਾ ਸਬੂਰੀ ਮਕਰ ਨਾ ਸਬੂਰੀ ਜਿਹਦੇ ਚ ਸਬੂਰੀ ਦਾ ਮਤਲਬ ਸੰਤੋਖ ਨਹੀਂ ਜਿਹਦੇ ਚ ਸਬਰ ਨਹੀਂ ਪਾਤਸ਼ਾਹ ਕਹਿੰਦੇ ਮਕਰ ਕਹੀਓ ਮੱਕਾਰ ਹੈ ਉਹ ਨੀਚ ਹੈ ਮਕਰੂ ਮਕਰੂ ਕਹਿ ਦਿੰਦੇ ਨੇ ਨੀਚ ਭ੍ਰਸ਼ਟਿਆ ਹੋਇਆ ਗੰਦਾ ਉਹਨੂੰ ਮਕਰੂ ਵੀ ਕਹਿ ਦਿੰਨੇ ਆ ਮੱਕਾਰ ਵੀ ਕਹਿ ਦਿੰਨੇ ਆ ਮਕਰ ਵੀ ਕਹਿ ਦਿੰਨੇ ਆ ਜਿਹੜਾ ਭ੍ਰਸ਼ਟਿਆ ਹੋਵੇ ਗੰਦਾ ਹੋਵੇ ਨੀਚ ਹੋਵੇ ਉਹਨੂੰ ਕਹਿੰਦੇ ਮਕਰੂ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਸਬਰ ਤੋਂ ਵਿਹੋਣਾ ਉਹ ਮਕਰੂ ਹੈ ਉਹ ਨੀਚ ਹੈ ਰਾਹੋਂ ਪੀਰਾ ਹੈ ਜਿਹੜਾ ਪੀਰਾ ਦਾ ਰਾਹ ਹੈ ਉਹੀ ਅਸਲੀ ਰਾਹ ਪੀਰਾ ਦਾ ਮਤਲਬ ਜਿਹੜੇ ਰੱਬ ਦੇ ਪਿਆਰੇ ਜਿਸ ਰਾਹ ਤੇ ਟੁਰਦੇ ਨੇ ਉਹੀ ਅਸਲ ਵਿੱਚ ਮੁੱਖ ਰਸਤਾ ਹੈ ਪਰਮਾਰਥ ਦਾ ਜਿਸ ਰਾਹ ਤੇ ਰੱਬ ਦੇ ਪਿਆਰੇ ਟੁਰਣ ਉਹੀ ਰਾਹ ਹੈ ਦੁਨੀਆਂ ਦੇ ਆ ਲੋਕਾਂ ਵਾਸਤੇ ਹਾਂਜੀ ਬੇਰਾਹੋਂ ਬੇਪੀਰਾ ਹੈ ਜਿਹੜੇ ਬੇਪੀਰ ਲੋਕ ਨੇ ਜਿਨ੍ਹਾਂ ਦਾ ਕੋਈ ਗੁਰੂ ਪੀਰ ਨਹੀਂ ਉਹ ਬੇਰਾਏ ਹੋਏ ਫਿਰਦੇ ਭਟਕਦੇ ਫਿਰਦੇ ਨੇ ਜਿਹੜੇ ਪੀਰ ਵਾਲੇ ਨੇ ਗੁਰੂ ਪੀਰ ਵਾਲੇ ਨੇ ਉਹ ਤਾਂ ਰਸਤੇ ਤੇ ਪਾ ਗਏ ਭੁੱਲਿਆਂ ਨੂੰ ਗੁਰੂ ਨੇ ਰਸਤੇ ਪਾ ਦਿੱਤਾ ਜਿਹੜੇ ਗੁਰੂ ਪੀਰਾ ਤੋਂ ਵੀ ਹੋਣੇ ਬੇਪੀਰੇ ਸੀ ਪਾਤਸ਼ਾਹ ਕਹਿੰਦੇ ਉਹ ਬੇਰਾਹੋ ਨੇ ਉਹ ਭੇੜਿਆਂ ਰਾਹਾਂ ਦੇ ਉੱਤੇ ਟੁਰੇ ਫਿਰਦੇ ਆ ਟਿੱਡੇਆਂ ਰਸਤਿਆਂ ਤੇ ਭਟਕਦੇ ਫਿਰਦੇ ਹਨ ਤੇਗ ਮਰਦਾ ਹੈ ਪਾਤਸ਼ਾਹ ਤੇਗ ਦੀ ਗੱਲ ਕੱਲੇ ਗੁਰੂ ਹਰਗੋਬਿੰਦ ਸਾਹਿਬ ਜਾਂ ਕਲਗੀਧਰ ਪਾਤਸ਼ਾਹ ਨੇ ਨਹੀਂ ਕੀਤੀ ਤੇਗ ਦੀ ਗੱਲ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਵੀ ਕਰ ਰਹੇ ਨੇ ਪਾਤਸ਼ਾਹ ਕਹਿੰਦੇ ਤੇਗ ਮਰਦਾਂ ਦਾ ਸ਼ਸਤਰ ਮਰਦਾਂ ਦਾ ਸੂਰਮਿਆਂ ਦਾ ਇਹਦੀ ਸਾਰ ਕਾਇਰ ਕੀ ਜਾਣਨ ਵੀ ਤੇਗ ਦੀ ਸਾਰ ਕੀ ਹੈ ਬਈ ਤੇਗ ਦਾ ਤਾਂ ਮਤਲਬ ਮਰਦ ਹੀ ਸਮਝ ਸਕਦਾ ਨਾ ਤੇ ਇੱਥੇ ਜੇ ਕੋਈ ਤਲਵਾਰ ਦੀ ਗੱਲ ਕਰੇ ਤੇ ਲੋਕ ਕਹਿੰਦੇ ਵੇਖੋ ਜੀ ਤਲਵਾਰਾਂ ਦੀ ਗੱਲ ਕਰਦੇ ਐ ਅੱਜ ਕੱਲ ਕੋਈ ਤਲਵਾਰਾਂ ਦੀ ਗੱਲ ਦਾ ਸਮਾਂ ਥੋੜੀ ਐ ਇਹ ਪੰਜਾਬ ਦੀ ਧਰਤੀ ਆ ਗੁਰੂ ਸਾਹਿਬ ਦੇ ਨਾਂ ਤੇ ਵੱਸਦੀ ਐ ਇਸ ਧਰਤੀ ਦੇ ਵਸਿੰਦਿਆਂ ਨੂੰ ਗੁਰੂ ਸਾਹਿਬ ਨੇ ਤਲਵਾਰ ਬਖਸ਼ੀ ਐ ਤੇ ਇਹ ਤਲਵਾਰ ਦੀ ਗੱਲ ਉਦੋਂ ਤੱਕ ਕਰਦੇ ਰਹਿਣਗੇ ਜਦੋਂ ਤੱਕ ਇਹ ਸੰਸਾਰ ਰਹੇਗਾ ਸਤ ਸ੍ਰੀ ਅਕਾਲ ਕਿਉਂਕਿ ਇਹਨਾਂ ਦੀ ਤਲਵਾਰ ਕਿਤੇ ਜ਼ੁਲਮ ਵਾਸਤੇ ਨਹੀਂ ਉੱਠਦੀ ਇਹਨਾਂ ਦੀ ਤਲਵਾਰ ਉੱਠਦੀ ਹੈ ਜ਼ੁਲਮ ਨੂੰ ਰੋਕਣ ਵਾਸਤੇ ਜ਼ੁਲਮ ਕਰਨ ਵਾਸਤੇ ਨਹੀਂ ਉੱਠਦੀ ਜ਼ੁਲਮ ਨੂੰ ਰੋਕਣ ਵਾਸਤੇ ਰੁਕਦੀ ਹੈ ਚੁੱਕੀ ਜਾਂਦੀ ਹੈ ਤੇਗ ਮਰਦਾਂ ਦਾ ਹਥਿਆਰ ਹੈ ਇਹਦੀ ਸਾਰ ਮਰਦ ਜਾਣਦੇ ਨੇ ਕਾਇਰਾਂ ਨੂੰ ਕੀ ਪਤਾ ਵੀ ਸ਼ਸਤਰ ਕੀ ਹੁੰਦਾ ਉਹ ਕੀ ਜਾਣ ਤਲਵਾਰ ਕੀ ਹੁੰਦੀ ਹੈ ਉਹਨਾਂ ਨੂੰ ਤਾਂ ਪਤਾ ਵੀ ਹੱਥ ਜੋੜ ਕੇ ਕਿਸੇ ਅੱਗੇ ਲੇਲੜੀਆਂ ਕੱਢ ਲੈਣੀਆਂ ਚਾਪ ਲੂਸੀਆਂ ਕਰਕੇ ਉਹਨਾਂ ਅੱਗੇ ਜੀ ਜੀ ਕਰਕੇ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਆਪਣੇ ਸਿਰ ਰੱਖ ਦੇਣ ਇਹ ਤਾਂ ਚਾਪਲੂਸ ਉਹਨਾਂ ਨੂੰ ਕਿਹਾ ਪਤਾ ਵੀ ਤਲਵਾਰ ਦੀ ਸਾਰ ਕੀ ਆ ਤਲਵਾਰ ਦਾ ਜੋਰ ਜਾਂ ਤਲਵਾਰ ਦੀ ਅਸਲ ਸ਼ਕਤੀ ਨੂੰ ਜਾਣਨੇ ਵਾਲੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮਰਦ ਨੇ ਤੇਗ ਮਰਦਾਂ ਹੈ ਤੇਗ ਨੂੰ ਮਰਦ ਜਾਣਦੇ ਹਨ ਸੂਰਮੇ ਜਾਣਦੇ ਹਨ ਦੇਗ ਖਰਾਇਤ ਐ ਤੇ ਪਾਤਸ਼ਾਹ ਕਹਿੰਦੇ ਜਿਹੜੀ ਦੇਗ ਆ ਦੇਗ ਚਲਾਉਣੀ ਇੱਕ ਆ ਤੇਗ ਦੂਜੀ ਗੁਰਨਾਨਕ ਸਾਹਿਬ ਕਹਿੰਦੇ ਆ ਦੇਗ ਦੇਗ ਤੇ ਤੇਗ ਦੀ ਗੱਲ ਗੁਰਨਾਨਕ ਸਾਹਿਬ ਦੇ ਘਰ ਵਿੱਚ ਹੁੰਦੀ ਆਈ ਐ ਤੇ ਹੁੰਦੀ ਰਹੇਗੀ ਰੋਜ਼ ਅਸੀਂ ਅਰਦਾਸ ਕਰਦੇ ਆ ਦੇਗ ਤੇਗ ਫਤ ਜਿਨਾ ਨੇ ਦੇਗ ਚਲਾਈ ਤੇਗ ਵਾਈ ਇਹ ਗੱਲ ਅਸੀਂ ਰੋਜ਼ ਅਰਦਾਸ ਵਿੱਚ ਗੁਰੂ ਸਾਹਿਬ ਦੇ ਚਰਨਾਂ 'ਚ ਕਰਦੇ ਹਾਂ ਦੇਗ ਵੀ ਔਰ ਤੇਗ ਵੀ ਦੇਗ ਤੇਗ जग ਮੈਂ ਦਉ ਚਲੇ ਹਰਾਖ ਆਪ ਮੁਹੇ ਅਵਰ ਨ ਦਲੇ ਕਲਗੀਧਰ ਜੀ ਦੇ ਬਚਨ ਨੇ ਪਾਤਸ਼ਾਹ ਸਿੱਕਾ ਚਲਾਉਂਦੇ ਤੇ ਕਹਿੰਦੇ ਦੇਗੋ ਤੇਗੋ ਫਤ ਨੁਸਰਤ ਬੇਦ ਰੰਗ ਯਾਫ ਤਜ ਨਾਨਕ ਗੁਰੂ ਗੋਬਿੰਦ ਸਿੰਘ ਦੇਗੋ ਤੇਗੋ ਫਤਿਹ ਨੂਸਰਤ ਬੇਦਰੰਗ ਯਾਫ ਤਜ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਪਾਤਸ਼ਾਹ ਕਹਿੰਦੇ ਜਿੱਥੇ ਮਰਦਾਂ ਦੇ ਕੋਲ ਤੇਗ ਹੈ ਤੇਗ ਮਰਦਾਂ ਹੈ ਦੇਗ ਖਰਾਇਤ ਹੈ ਉਹਦਾ ਮਰਦਾਂ ਦੇ ਹੱਥ ਵਿੱਚ ਜਿਹੜੀ ਦੇਗ ਹੈ ਉਹ ਖਰਾਇਤ ਵਜੋਂ ਯਾਨੀ ਕਿ ਉਹ ਵੰਡਦੇ ਹੈ ਲੰਗਰ ਚਲਾਉਂਦੇ ਹੈ ਭੁੱਖੇ ਨੂੰ ਅਬਿਆਗਤ ਨੂੰ ਭੋਜਨ ਛਕਾਉਂਦੇ ਹੈ ਕਿਉਂਕਿ ਉਹ ਜੇ ਤੇਗ ਫੜੀ ਹੈ ਤਔ ਰਹਿਮ ਵਾਸਤੇ ਫੜੀ ਆ ਨਾ ਕੇ ਕਿਸੇ ਤੇ ਜ਼ੁਲਮ ਕਰਨ ਵਾਸਤੇ ਫੜੀ ਹੈ ਜਿਹੜਾ ਕੋਈ ਜਰਵਾਣਾ ਬਣ ਕੇ ਆਉਂਦਾ ਜਰਵਾਣੇ ਦੀ ਭੱਖਿਆ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਜਦੋਂ ਸਮਰਾਥ RAMਦਾਸ ਨੇ ਕਿਹਾ ਵੀ ਪੀਰ ਕੀ ਤਾਂ ਤੇਗ ਕੀ ਪਾਤਸ਼ਾਹ ਕਹਿੰਦੇ ਜਰਵਾਣੇ ਕੀ ਭੱਖਿਆ ਗਊ ਗਰੀਬ ਕੀ ਰੱਖਿਆ ਇਹ ਤਲਵਾਰ ਜਰਵਾਣੇ ਨੂੰ ਭੱਖ ਜਾਣ ਵਾਸਤੇ ਹੈ ਔਰ ਗਰੀਬੜੇ ਦੀ ਰੱਖਿਆ ਵਾਸਤੇ ਹੈ ਤੇ ਉਹਦੇ ਲਈ ਦੇਗ ਖਰਾਇਤ ਹੈ ਭਾਵ ਲੰਗਰ ਚਲਾਣੇ ਉਹਨਾਂ ਨੂੰ ਭੋਜਨ ਛਕਾਉਣਾ ਅਦਲ ਬਾਦਸ਼ਾਹ ਹੈ ਬਾਦਸ਼ਾਹ ਦਾ ਕੰਮ ਹੁੰਦਾ ਅਦਲ ਕਰਨਾ ਅਦਲ ਦਾ ਮਤਲਬ ਇਨਸਾਫ ਕਰਨਾ ਜਿਹੜਾ ਬਾਦਸ਼ਾਹ ਅਦਲ ਨਹੀਂ ਕਰਦਾ ਇਨਸਾਫ ਨਹੀਂ ਕਰਦਾ ਉਹਨੂੰ ਬਾਦਸ਼ਾਹ ਹੋਣ ਦਾ ਹੱਕ ਨਹੀਂ ਉਹਨੂੰ ਬਾਦਸ਼ਾਹਤ ਨੂੰ ਤਲੰਜਲੀ ਦੇ ਦੇਣੀ ਚਾਹੀਦੀ ਜਿਹੜਾ ਅਦਲ ਨਾ ਕਰੇ ਇਨਸਾਫ ਨਾ ਕਰੇ ਇਸ ਕਰਕੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਉਹ ਹੈ ਜਿਹੜਾ ਅਦਲ ਕਰੇ ਇਨਸਾਫ ਕਰੇ ਏਤੇ ਟੋਲ ਜੇ ਜਾਣ ਜਣਾਵੇ ਇਹ ਪਾਤਸ਼ਾਹ ਕਹਿੰਦੇ ਨਾ ਸਾਰੇ ਟੋ ਇਨ੍ਹਾਂ ਨੂੰ ਟੋਲ ਕੇ ਜਿਹੜੇ ਉੱਪਰ ਬਚਨ ਹੋਏ ਨੇ ਹਾਜ਼ਰਨਾਮੇ 'ਚ ਇਨ੍ਹਾਂ ਨੂੰ ਕੋਈ ਟੋਲੇ ਪੜੇ ਵਿਚਾਰੇ ਔਰੇ ਨੂੰ ਜਾਣੇ ਤੇ ਅੱਗੇ ਜਨਾਵੇ ਤੋ ਨਾਨਕ دانشਵੰਦ ਤਹਾਵੇਂ ਬੁਰਦਾਰਤ ਸਾਬ ਕਹਿੰਦੇ ਉਹ ਬੰਦੇ ਸੰਸਾਰ ਵਿੱਚ دانشਵੰਦ ਕਹਾਉਂਦੇ ਹਨ ਉਹੀ ਬੰਦੇ ਸੰਸਾਰ ਵਿੱਚ دانشਵੰਦ ਹੋ ਕੇ ਨਿਭੜਦੇ ਨੇ ਜਿਹੜੇ ਇਹਨਾਂ ਸਾਰੀਆਂ ਬਾਤਾਂ ਨੂੰ ਜਿਹੜੀਆਂ ਕੱਲ ਵੀ ਆਪ ਜੀ ਨੇ ਸਰਬਣ ਕੀਤੀਆਂ ਅੱਜ ਵੀ ਸਰਬਣ ਕੀਤੀਆਂ ਹਾਜ਼ਰਨਾਮੇ 'ਚ ਜਿਹੜਾ ਇਹਨਾਂ ਨੂੰ ਜਾਣੇ ਤੇ ਜਨਾਵੇ ਅੱਗੇ ਉਹੀ ਇਹ ਸੰਸਾਰ ਵਿੱਚ ਦਾਨਸ਼ਬੰਦ ਹੈ ਦੋਹਰਾ ਇਸ ਪ੍ਰਕਾਰ ਸੁਣ ਪੀਰ ਸਭ ਬੰਦੇ ਪਦ ਅਰਬਿੰਦ ਇਸ ਪ੍ਰਕਾਰ ਸਾਰੇ ਪੀਰਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ ਜਿੰਨੇ ਮਲਤਾਨ ਦੇ ਪੀਰ ਸੀ ਸਭ ਨੇ ਸੁਣੇ ਸੁਣਦਿਆਂ ਸਾਰ ਸਾਰੇ ਪੀਰਾਂ ਦੇ ਹੱਥ ਜੁੜ ਗਏ ਕਰਤ ਪ੍ਰਸ਼ੰਸ਼ਾ ਅਦਿਕ ਮੁਖ ਪਰ ਕਹਿ ਰਦੇ ਆਨੰਦ ਸਾਧਗੁਰਾਂ ਦੇ ਪਾਵਨ ਸੋਹਣਿਆ ਜਾਂ ਚਰਨਾਂ ਦੇ ਉੱਤੇ ਆਹਾ ਪਿਆਰਿਆਂ ਜਾਂ ਚਰਨਾਂ ਦੇ ਉੱਤੇ ਐਸੇ ਚਰਨ ਜੋ yogeeshvara ਨੂੰ ਵੀ ਦੁਰਲਭ ਨੇ ਉਹਨਾਂ ਚਰਨਾਂ ਉੱਤੇ ਉਹਨਾਂ ਸਾਰਿਆਂ ਪੀਰਾਂ ਨੇ ਬੰਦਨਾ ਕੀਤੀ ਔਰ ਪਾਤਸ਼ਾਹ ਦੀ ਪ੍ਰਸੰਸਾ ਕਰਦੇ ਆਪਣੇ ਮੁਖ ਚੋਂ ਭਰ ਕੇ ਹਿਰਦੇ ਵਿੱਚ ਅਨੰਦਤ ਹੁੰਦੇ ਨੇ ਸੋਰਠਾ ਸ਼੍ਰੀ ਗੁਰ ਗ੍ਰੰਥ ਅਲਾਇ ਸੁਣੋ ਪੀਰ ਬਹਾਵਲੀ ਸਤਿਗੁਰੂ ਗੁਰਨਾਨਕ ਪਾਤਸ਼ਾਹ ਕਹਿੰਦੇ ਬਹਾਵਲ ਜੀ ਬਹਾਵਲ ਪੀਰ ਨੂੰ ਕਹਿੰਦੇ ਬਹਾਵਲ ਜੀ ਸੁਣੋ ਧਿਆਨ ਨਾਲ ਲੋਭ ਰਦੇ ਡੈ ਕਾਇ ਰਹਾ ਚਲਾਏ ਜਗਤ ਬਉ ਇਹ ਸੰਸਾਰ ਦੇਆਂ ਲੋਕਾਂ ਦੇ ਹਿਰਦਿਆਂ ਨੂੰ ਲੋਭ ਨੇ ਡਹਿਕਾ ਦਿੱਤਾ ਡਾਵਾਂਡੋਲ ਕਰ ਦਿੱਤਾ ਲੋਭ ਕਰਕੇ ਸੰਸਾਰ ਦੇ ਲੋਕ ਐਸੇ ਢਾਵਾਂ ਡੋਲ ਹੋਏ ਨੇ ਬਹੁਤਿਆਂ ਰਾਹਾਂ ਤੇ ਟੁਰ ਪਏ ਲੋਭ ਬਹੁਤਿਆਂ ਰਾਹਾਂ ਦੇ ਉੱਤੇ ਸੰਸਾਰ ਦੇਆਂ ਲੋਕਾਂ ਨੂੰ ਟੋੜ ਰਿਹਾ ਹੈ ਚੋਪਈ ਬੰਦੇ ਹੱਥ ਪੀਰ ਪੁਨ ਕਹੀ ਪੀਰ ਬਹਾਵਲਦੀਨ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ ਤਨ ਤਨ ਸ਼੍ਰੀ ਨਾਨਕ ਐਹੀ ਪੇਰ ਬਹਾਵਲ ਹੱਕ ਬੋਲਿਆ ਮਹਾਰਾਜ ਜੀ ਤੁਸੀਂ ਧੰ ਹੋ ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰ ਹੋ ਧੰ ਹੋ ਤਨ ਨਾਨਕ ਤੇਰੀ ਵੱਡੀ ਕਮਾਈ 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 ਤਨ ਨਾਨਕ ਤੇਰੇ ਵੱਡੇ ਕਮਾਈ ਤਨ ਨਾਨਕ ਤੇਰੇ ਵੱਡੇ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਤਨ ਹੋ ਤਨ ਹੋ ਬਹਾਵਲ ਹੱਕ ਪੀਰ ਬੋਲਿਆ ਬੈਨ ਸੁਦਾ ਸਮ ਮ੍ਰਿਤ ਦੁਖ ਟਾਰੇ ਮਹਾਰਾਜ ਤੁਹਾਡੇ ਬਚਨ ਅਮਰਤ ਹਨ ਸੁਦਾ ਸਮਾਨ ਅਮਰਤ ਸਮਾਨ ਨੇ ਜਿਨ ਅਮਰਤ ਸਮਾਨ ਬੋਲਾ ਨੇ ਸਾਡੇ ਦੁੱਖ ਦੂਰ ਕਰ ਦਿੱਤੇ ਨੇ ਸਾਡੇ ਦੁੱਖ ਭੰਨ ਦਿੱਤੇ ਆ ਮਹਾਰਾਜ ਜੀ ਤੁਹਾਡੇ ਬਚਨਾਂ ਨੇ ਅੰਮ੍ਰਿਤ ਰੂਪੀ ਬੋਲਾ ਨੇ 라ਵਰ ਕੋ ਅਮੋਗ ਦਰਸਾਰੇ हे ਪਾਤਸ਼ਾਹ ਤੁਹਾਡੇ ਦਰਸ਼ਨ ਅਮੋਗ ਹਨ ਮਹਾਰਾਜ ਤੁਹਾਡੇ ਅਮੋਗ ਦਰਸਾਰੇ ਹਨ ਧਨ ਫਕੀਰੀ ਤੁਮ ਜੋ ਕਮਾਈ ਮਹਾਰਾਜ ਤਨ ਹੈ ਤੁਹਾਡੀ ਫਕੀਰੀ ਜਿਹੜੀ ਫਕੀਰੀ ਤੁਸੀਂ ਨੇ ਕਮਾਈ ਉਹ ਸਿਖਰ ਦੀ ਫਕੀਰੀ ਹੈ हे ਗੁਰੂ ਨਾਨਕ ਸਾਹਿਬ ਜਿਹੜੀ ਫਕੀਰੀ ਤੁਸਾਂ ਕਮਾਈ ਹੈ ਉਹ ਫਕੀਰੀ ਧਨ ਹੈ ਕਿਉਂਕਿ ਉਸ ਫਕੀਰੀ ਤੋਂ ਪਰੇ ਕੋਈ ਫਕੀਰੀ ਨਹੀਂ ਜੋ ਫਕੀਰੀ ਤੁਸਾਂ ਨੇ ਮਾਣੀ ਹੈ ਹੈ ਜਿਸ ਕੀ ਇਹ ਵੱਡ ਵੱਡਿਆਈ ਜਿਸ ਦੀ ਇਹ ਵੱਡੀ ਵਡਿਆਈ ਹੈ ਸਰਬ ਜਗਤ ਕੀ ਜੋ ਗੁਰਿਆਈ ਸਾਰੇ ਜਗਤ ਦੀ ਜੋ ਗੁਰਿਆਈ ਹੈ ਸਾਰੇ ਜਗਤ ਦੀ ਜੋ ਮਲਕੀਅਤ ਹੈ ਸੋ ਤੁਮਰੀ ਲਾਇਕ ਬਾਨਿਆ ਮਹਾਰਾਜ ਜੀ ਤੁਸੀਂ ਕੱਲੇ ਸਿੱਖਾਂ ਦੇ ਗੁਰੂ ਨਹੀਂ ਤੁਸੀਂ ਕੱਲੇ ਹਿੰਦੂਆਂ ਦੇ ਗੁਰੂ ਨਹੀਂ ਮਹਾਰਾਜ ਇਹ ਜਿਤਨਾ ਵੀ ਸੰਸਾਰ ਹੈ ਇਹ ਸਾਰੇ ਸੰਸਾਰ ਦੇ ਤੁਸੀਂ ਗੁਰੂ ਹੋ ਸਭ ਦੇ ਗੁਰੂ ਹੋਣ ਦੇ ਲਾਇਕ ਹੋ ਭਾਵ ਸਾਰਾ ਸੰਸਾਰ ਤੁਹਾਡੇ ਚਰਣਾ ਵਿੱਚ ਹੈ ਕਲਿਕਾਲ ਨਰ ਦੇਵ ਉਪਦੇਸ਼ਾ ਮਹਾਰਾਜ ਗੁਰਿਆਈ ਤੁਹਾਨੂੰ ਹੀ ਬਣ ਆਉਂਦੀ ਹੈ ਸਾਰੇ ਜਗਤ ਦੀ ਗੁਰਿਆਈ ਤੁਹਾਨੂੰ ਬਣ ਆਉਂਦੀ ਹੈ ਮਹਾਰਾਜ ਐਡੀ ਵੱਡੀ ਵਿੜਿਆਈ ਦੇ ਮਾਲਕ ਤੁਸੀਂ ਹੋ ਸੰਸਾਰ ਦੇ ਜਿਤਨੇ ਜੀਵ ਹਨ ਕਾਲਯੋਗ ਦੇ ਮਹਾਰਾਜ ਉਹਨਾਂ ਨੂੰ ਆਪ ਦੀ ਪਾਵਨ ਉਪਦੇਸ਼ ਦੇ ਕੇ ਕੋਟ ਉਦਾਰੇ ਸ਼੍ਰੀ ਜਗ ਤੇ ਸ਼ਾ ਕਰੋੜਾਂ ਦਾ ਉਧਾਰ ਹੈ ਜਗਤ ਦੇ ਈਸ਼ਵਰ ਸਾਹਿਬ ਦੀ ਆਪ ਜੀ ਨੇ ਕੀਤਾ ਤੇ ਕਰ ਰਹੇ ਹੋ ਅਹੇ ਫਕੀਰੀ ਯਾਂ ਕੋ ਨਾਮਾ ਮਹਾਰਾਜ ਇਸੇ ਦਾ ਨਾਮ ਫਕੀਰੀ ਹੈ ਜੋ ਕੀਨੀ ਤੁਮ ਕਰੁਣਾ ਧਾਮ ਇਹ ਕਰੁਣਾ ਦੇ ਧਾਮ ਸਹਬ ਜੀ ਜਿਹੜੀ ਫਕੀਰੀ ਤੁਸਾਂ ਕਮਾਈ ਇਹ ਫਕੀਰੀ ਅਸਲ ਵਿੱਚ ਸਾਡੇ ਵਰਗੇ ਦਾ ਨਾਂ ਦੇ ਫਕੀਰ ਨੇ ਮਹਾਰਾਜ ਤੁਰੇ ਫਿਰਦੇ ਆ ਸੰਸਾਰ ਚ ਪਾਤਸ਼ਾਹ ਜਿਹੜੀ ਫਕੀਰੀ ਤੁਸਾਂ ਕਮਾਈ ਅਸਲ ਚ ਫਕੀਰੀ ਇਹੋ ਐ ਇਹਦੇ ਤੋਂ ਪਰੇ ਕੋਈ ਫਕੀਰੀ ਨਹੀਂ ਦੋਹਰਾ ਕਿਨੋ ਸ਼ੇਖ ਫਰੀਦ ਜੋ ਜ਼ੁਹਦ ਨਾਮ ਹੈ ਤਾਂ ਹੀ ਮਹਾਰਾਜ ਦੀ ਤਪੱਸਿਆ ਉਹ ਕਹੀ ਜਾਂਦੀ ਹੈ ਜਿਹੜੀ ਫਰੀਦ ਜੀ ਨੇ ਕੀਤੀ ਹੈ ਹੁਣ ਉਦਾਹਰਣਾ ਦਿੰਦੇ ਉਹ ਕਹਿੰਦੇ ਮਹਾਰਾਜ ਜਿਵੇਂ ਅਸਲ 'ਚ ਫਕੀਰੀ ਤੁਸੀਂ ਕਮਾਈ ਆ ਤੁਸੀਂ ਫਕੀਰ ਹੋ ਜਿਵੇਂ ਉਦਾਹਰਣ ਦਿੰਦੇ ਜਿਵੇਂ ਤਪੱਸਿਆ ਕਰਨ ਵਿੱਚ ਸਭ ਤੋਂ ਵੱਡੀ ਤਪੱਸਿਆ ਉਹ ਹੈ ਜਿਹੜੀ ਫਰੀਦ ਨੇ ਕੀਤੀ ਆਹ ਹੈ ਇਤਨੀ ਤਪੱਸਿਆ 12-12 ਵਰੇ ਦੇ ਕਈ ਯੋਗ ਕੀਤੇ ਭਗਤ ਫਰੀਦ ਜੀ ਮਹਾਰਾਜ ਜੀ ਨੇ ਭੁੱਖਿਆਂ ਰਹਿ ਕੇ ਕਾਲਮ ਕੇ ਸੇ ਤਨ ਸੁੱਕਾ ਪਿੰਜਰ ਥੀਆ ਥਲੀਆਂ ਖੁੰਡਾ ਕਾਗ ਇਹੋ ਜੀ ਅਵਸਥਾ ਵਿੱਚ ਪਹੁੰਚੇ ਹੋਏ ਉਹ ਰੱਡੀ ਵੱਡੀ ਤਪੱਸਿਆ ਕਹਿੰਦਾ ਤਪ ਉਹ ਹੈ ਜੋ ਮਹਾਰਾਜ ਭਗਤ ਸ਼ੇਖ ਫਰੀਦ ਜੀ ਨੇ ਕੀਤਾ ਹੈ ਸਤ ਸੋਈ ਸੀਤਾ ਕੀਓ ਸਤ ਦੀ ਗੱਲ ਉਹ ਹੈ ਜਿਹਨੂੰ ਸਤ ਕਹਿੰਦੇ ਸਤ ਸਤ ਉਹ ਹੈ ਜਿਹੜਾ ਸੀਤਾ ਨੇ ਕਮਾਇਆ ਸ਼੍ਰੀ ਰਾਮਚੰਦਰ ਜੀ ਦੀ ਭਗਤੀ ਉੱਤਮ ਪਰ ਸੀਤਾ ਦੀ ਤਪੱਸਿਆ ਕੋਈ ਘੱਟ ਨਹੀਂ ਸੀ ਕਹਿੰਦੇ ਸਤ ਉਹ ਹੈ ਜਿਹੜਾ ਸੀਤਾ ਨੇ ਕਮਾਇਆ ਹੈ ਜਤ ਲਛਮਨ ਕੋ ਪ੍ਰਾਏ ਇਹ ਜਤ ਉਹ ਹੈ ਜਿਹੜਾ ਲਛਮਣ ਨੇ ਅਪਣਾਇਆ ਹਾਲਾਂਕਿ ਲਛਮਣ ਗ੍ਰਸਤੀ ਸੀ ਪਰ ਇਹਨੂੰ ਜਤੀ ਤਾਂ ਕਿਹਾ ਕਿਉਂਕਿ ਆਪਣੀ istri ਤੋਂ ਇਲਾਵਾ ਕਿਸੇ ਦੂਸਰੀ istri ਨੂੰ ਕਦੇ ਅੱਖ ਚੁੱਕ ਕੇ ਨਹੀਂ ਵੇਖਿਆ ਜਤੀ ਹੋ ਗਿਆ ਕਲਗੀਧਰ ਵੀ ਉਹਨੂੰ ਜਤੀ ਕਹਿੰਦੇ ਆ ਜਿਹੜਾ ਇੱਕ ਆ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ ਕਹਿੰਦੇ ਜੱਤ ਉਹ ਹੈ ਜਿਹੜਾ ਲਖਮਣ ਨੇ ਧਾਰਨ ਕੀਤਾ ਚੋਪਈ ਹੈ ਸੋ ਪਗਤ ਜੋ ਕਰੀ ਕਬੀਰ ਆ ਭਗਤ ਉਹ ਹੈ ਜਿਹੜੇ ਕਬੀਰ ਜੀ ਨੇ ਕੀਤੀ ਆਹਾ ਭਗਤੀ ਉਹ ਜੋ ਕਬੀਰ ਜੀ ਮਹਾਰਾਜ ਜੀ ਨੇ ਕੀਤੀ ਉਹ ਦੱਸ ਰਹੇ ਨੇ ਮਹਾਰਾਜ ਫਕੀਰੀ ਉਹ ਜੋ ਤੁਸੀਂ ਕਮਾਈ ਅੱਗੇ ਉਦਾਹਰਣਾ ਦਿੰਦੇ ਐ ਕਹਿੰਦੇ ਜਿਵੇਂ ਤਪੱਸਿਆ ਉਹ ਜੋ ਫਰੀਦ ਨੇ ਕੀਤੀ ਸਾਤੋ ਜੋ ਸੀਤਾ ਨੇ ਕਮਾਇਆ ਜਤੋ ਜੋ ਲక్ష్మణ ਨੇ ਕਮਾਇਆ ਭਗਤੀ ਉਹ ਜਿਹੜੀ ਕਬੀਰ ਜੀ ਨੇ ਕੀਤੀ ਸੋ ਹੱਟ ਜੋ ਪਾਤ੍ਰੂ ਸਰੀਰਾ ਬੜੇ ਬੜੇ ਹਠੀਏ ਹੁੰਦੇ ਸੰਸਾਰ ਚ ਪਰ ਹੱਠ ਉਹ ਜੋ ਭਗਤ ਤਰੂ ਨੇ ਆਪਣੇ ਅੰਦਰ ਧਾਰਨ ਕੀਤਾ 5 ਸਾਲ ਦਾ ਬੱਚਾ ਕਿੱਡਾ ਹਠੀਆਂ ਬਣ ਕੇ ਗਿਆ ਘਰੋਂ ਛੱਡ ਕੇ ਇੱਕ ਪੈਰ ਦੇ ਉੱਤੇ ਖਲੋ ਕੇ ਤਪ ਦੀ ਸਾਧਨਾ ਕੀਤੀ ਕਹਿੰਦੇ ਹੱਠ ਉਹ ਜਿਹੜਾ ਤਰੂ ਨੇ ਕਮਾਇਆ ਸੋ ਗ੍ਰਸਤ ਜੋ ਆਦਮ ਕੀਆ ਕਹਿੰਦੇ ਗ੍ਰਸਤ ਉਹ ਮੁਸਲਮਾਨਾਂ ਚ ਇੱਕ ਫਕੀਰ ਹੋਏ ਇਬਰਾਹੀਮ ਉਹਨੂੰ ਆਦਮ ਕਿਹਾ ਜਾਂਦਾ ਕਹਿੰਦੇ ਗ੍ਰਸਤੋ ਜੋ ਆਦਮ ਨੇ ਕਮਾਇਆ ਹੈ ਜੋਗ ਸੋਈ ਜੋ ਗੋਰਖ ਲੀਆ ਜੋਗ ਉਹ ਜਿਹੜਾ ਗੋਰਖ ਨੇ ਧਾਰਨ ਕੀਤਾ ਕਹਿੰਦੇ ਯੋਗ ਦੀ ਕਮਾਈ ਗੋਰਖ ਨੇ ਕੀਤੀ ਹੈ ਤਿਆਗਨ ਸੋਏ ਜੋ ਭਰਤਰ ਕੀਨੋ ਕਹਿੰਦੇ ਤਿਆਗ ਉਹ ਹੈ ਜਿਹੜਾ ਭਰਤਰੀ ਨੇ ਤਿਆਗ ਕੀਤਾ ਸਭ ਕੁਝ ਤਿਆਗ ਦਿੱਤਾ ਘਰ-ਬਾਰ ਸਭ ਕੁਝ ਕਹਿੰਦਾ ਜਨ ਕੋ ਨਤਮੋ ਚਿਤਮੋ ਚਿਤਮੋ ਤਨ ਕੀ ਰਤਮੋ ਤਨ ਮਹੇ ਰਤੀਨਾ ਵਹਿਆਨ ਪਮਾਨ ਕੇ ਸੰਗ ਰਚੀ ਫੁਨ ਤਾ ਮਨ ਮੈਂ ਗਨ ਕਾ ਗ੍ਰਹ ਕੀਨਾ ਅਬ ਤਾਹੇ ਤਜੋ ਜਾਹੇ ਭਜੋ ਸੀਸ ਸਸੀ ਜਾਹੇ ਕੇ ਸਭ ਕੁਝ ਤਿਆਗ ਕੇ ਚਲੇ ਗਏ ਕਹਿੰਦੇ ਤਿਆਗ ਸੋਈ ਜੋ ਪਰਥਰੀ ਨੇ ਕੀਤਾ ਸੋ ਤਪ ਜਨਕ ਜਾਏ ਮਨ ਪੀਨੋ ਤੇ ਕਹਿੰਦੇ ਤਪ ਉਹ ਜਿਹੜਾ ਜਨਕ ਨੇ ਕੀਤਾ ਆਪੋ ਜਿਸ ਤੱਪ ਦੇ ਵਿੱਚ ਰਾਜੇ ਜਨਕ ਦਾ ਮਨ ਭਿੱਜਾ ਹੋਇਆ ਹੈ ਹੈ ਸੰਗਰਾਮ ਜੁਦੈ ਸਿਰ ਲਰੇਓ ਹੈ ਉਹ ਜੰਗ ਉਹ ਜਿਹੜਾ ਰਾਵਣ ਨੇ ਲੜਿਆ ਆਹਾ ਕਮਾਲ ਦਾ ਜੰਗ ਲੜਿਆ ਸੀ ਰਾਵਣ ਨੇ ਦੈਸਰ ਕਹਿੰਦੇ ਜੰਗ ਉਹ ਜਿਹੜਾ ਰਾਵਣ ਨੇ ਲੜਿਆ ਸੋਬੀయోగ ਜੋ ਰਗੁਪਤ ਕਰਿਓ ਬਿਯੋਗ ਕਹਿੰਦੇ ਵਿਛੋੜੇ ਨੂੰ ਵਿਛੋੜਾ ਉਹ ਜਿਹੜਾ ਰਾਮਚੰਦਰ ਜੀ ਨੂੰ ਵਿਆਪਿਆ ਜਦੋਂ ਸੀਤਾ ਨੂੰ ਹਰ ਕੇ ਲੈ ਗਏ ਲਛਮਣ ਵੀ ਨਜ਼ਰ ਨਾ ਆਵੇ ਤੇ ਰਾਮਚੰਦਰ ਜੀ ਦਾ ਜੋ ਵਿਯੋਗ ਹੀ ਹਾਲ ਸੀ ਬਨ ਵਿੱਚ ਜੰਗਲ ਵਿੱਚ ਦਰਖਤਾਂ ਨੂੰ ਪੁੱਛਦੇ ਆ ਸੀਤਾ ਕਿੱਥੇ ਹੈ ਵਿਯੋਗ ਉਹ ਜੋ ਸ਼੍ਰੀ ਰਾਮਚੰਦਰ ਜੀ ਨੇ ਕੀਤਾ ਸੋਸਨਿਆਸ ਦਤ ਉਰਤਾਰਾ ਸੰਿਆਸ ਉਹ ਜੋ ਦੱਤਾ ਤਰੇ ਨੇ ਧਾਰਨ ਕੀਤਾ ਸੰਿਆਸੀਆਂ ਦੇ ਮਹਾਨ ਪਿਤਾਮਾ ਦੱਤਾ ਤਰੇ ਸੰਿਆਸ ਉਹ ਜੋ ਦੱਤਾ ਤਰੇਜ ਜੀ ਨੇ ਗ੍ਰਹਿਣ ਕੀਤਾ ਅਸ ਕੈ ਬੰਦ ਤਬਾਰੰਗ ਬਾਰਾ ਇਸੇ ਤਰ੍ਹਾਂ ਮਹਾਰਾਜ ਫਕੀਰੀ ਉਹ ਜਿਹੜੀ ਤੁਸਾਂ ਨੇ ਧਾਰਨ ਕੀਤੀ ਆ ਬਾਕੀ ਕੋਈ ਫਕੀਰ ਸਾਨੂੰ ਨਜ਼ਰ ਨਹੀਂ ਆਉਂਦਾ ਸਤ ਸ੍ਰੀ ਅਕਾਲ ਫਕੀਰੀ ਮਹਾਰਾਜ ਜੀ ਆਪ ਜੀ ਦੀ ਸ਼ਰੋਮਣੀ ਇਹ ਕਹਿ ਕੇ ਪੀਰ ਬਹਾਵਲ ਹੱਕ ਨੇ ਸਤ ਗੁਰੂ ਗੁਰਨਾਨਕ ਸਾਹਿਬ ਦੇ ਚਰਨਾਂ ਤੇ বারবার বন্দਨਾ ਕੀਤੀ बारंबार নমস্কার ਕੀਤੀ ਬਹੁ ਪ੍ਰਕਾਰ ਕੀ ਉਸਤਤ ਕਰਕੇ 사ਤਗੁਰਾਂ ਦੀ ਬਹੁਤ ਉਸਤਤ ਕੀਤੀ ਮਹਾਰਾਜ ਜੀ ਦੀਆਂ ਬੜੀਆਂ ਵਡਿਆਈਆਂ ਕੀਤੀਆਂ ਸੇਵਤ ਪਾਈ ਹਰਖ ਉਰ ਪਰ ਕੇ মুলতান ਦੇ ਜਿਤਨੇ ਪੀਰ ਸਭ ਸੇਵਕ ਹੋ ਗਏ 사ਤਗੁਰਾਂ ਦੇ ਹਰਖ ਨਾਲ ਖੇੜੇ ਨਾਲ ਖੁਸ਼ੀ ਨਾਲ ਭਰ ਗਏ ਪਾਤਸ਼ਾਹ ਨੇ ਜਿਵੇਂ ਚਮੇਲੀ ਮਲਾਈ ਸੀ ਨਾ ਦੁੱਧ ਚ ਯੋ ਇਨ ਸਾਰਿਆਂ ਪੀਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਭਗਤੀ ਦੀ ਸੁਗੰਧੀ ਸਾਰਿਆਂ ਦੇ ਵਿੱਚ ਸਮਾ ਗਈ ਹੈ ਸਭ ਦੇ ਹਿਰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ murid ਹੋ ਗਏ ਨੇ ਦੋਹਰਾ ਤਰੁਨਾ ਨਿਦ ਬੋਲੇ ਬਹੁਰ ਜੀਤੋ ਨਾਮ ਖੁਦਾਏ করুণਾ ਦੇ ਸਮੁੰਦਰ ਸਤਿਗੁਰੂ ਜੀ ਬੋਲੇ ਪਾਤਸ਼ਾਹ ਸਾਰੇ ਪੀਰਾਂ ਨੂੰ ਸੰਬੋਧਨ ਕਰਕੇ ਕਹਿੰਦੇ ਭਾਈ ਖੁਦਾ ਦਾ ਨਾਮ ਚੇਤਿਆ ਕਰੋ ਖੁਦਾ ਦੀ ਬੰਦਗੀ ਕਰਿਆ ਕਰੋ ਖੁਦਾ ਦਾ ਨਾਮ ਅਰਾਧਿਆ ਕਰੋ ਬੁਜਰਕ ਕੀ ਸੰਗਤ ਕਰੋ ਲਾਹੋ ਸਰਬ ਸੁਖ ਪਾਏ ਬੁਜਰਕ ਦਾ ਮਤਲਬ ਹੁੰਦਾ ਮਹਾਪੁਰਸ਼ਾਂ ਦੀ ਸਤ ਪੁਰਸ਼ਾਂ ਦੇ ਵੱਡੇ ਆ ਪੁਰਸ਼ਾਂ ਦੇ ਵੱਡੇ ਪੁਰਸ਼ ਉਹ ਜਿਹੜੇ ਰੱਬ ਦੀ ਬੰਦਗੀ ਵਿੱਚ ਜੁੜੇ ਹੋਣ ਉਹ ਵੱਡੇ ਪੁਰਸ਼ ਬਜ਼ੁਰਗ ਉਹਨਾਂ ਨੂੰ ਕਿਹਾ ਮਹਾਰਾਜ ਜੀ ਕਹਿੰਦੇ ਬਜ਼ੁਰਗਾਂ ਦੀ ਸੰਗਤ ਕਰਿਆ ਕਰੋ ਬਜ਼ੁਰਗ ਕੌਣ ਜੋ ਬੰਦਗੀ ਕਰਨ ਵਾਲੇ ਉਹਨਾਂ ਦੀ ਸੰਗਤ ਕਰਿਆ ਕਰੋ ਲਹੋ ਸਰਬ ਸੁਖ ਪਾਏ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੋਗੇ ਤੁਹਾਨੂੰ ਸਰਬ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਚੋਪਈ ਸਾਹਿਬ ਭੈ ਰੱਖੋ ਮਨਮਾਈ ਸਾਹਿਬ ਦਾ ਭੈ ਰੱਖਿਆ ਕਰੋ ਮਨ ਚ ਖੁਦਾ ਦਾ ਭੈ ਰੱਬ ਦਾ ਭੈ ਰੱਬ ਦਾ ਖੌਫ ਆਪਣੇ ਹਿਰਦੇ ਚ ਰੱਖਿਆ ਕਰੋ ਵਿਸ਼ਯ ਬਾਸ਼ਨਾ ਮਨ ਹੋਵੇ ਨਾਹੀਂ ਜਦੋਂ ਪਰਮੇਸ਼ਰ ਦਾ ਖੌਫ ਰੱਖੋਗੇ ਹਿਰਦੇ ਚ ਤਾਂ ਤੁਹਾਡੇ ਹਿਰਦੇ ਚ ਵਿਸ਼ਿਆਂ ਦੀਆਂ ਵਾਸ਼ਨਾਵਾਂ ਨਹੀਂ ਉੱਠਣਗੀਆਂ ਵਿਸ਼ੇ ਵਾਸ਼ਨਾਵਾਂ ਤੁਹਾਡੇ ਮਨ ਵਿੱਚ ਨਹੀਂ ਆਉਣਗੀਆਂ ਸਤ ਸੰਗਤ ਨਰ ਕਰਹਿ ਜਬਈ ਜਦੋਂ ਕੋਈ ਮਨੁੱਖ ਸਤ ਸੰਗਤ ਕਰਦਾ ਹੈ ਪਾਤਸ਼ਾਹ ਕਹਿੰਦੇ ਉਹਨਾਂ ਪੀਰਾਂ ਨੂੰ ਜਿਹੜੇ ਮਨੁੱਖ ਜਿਹੜੇ ਨਰ ਸਤ ਸੰਗਤ ਕਰਦੇ ਹਨ ਗਤ ਸੁਖੈ ਨ ਹੋਏ ਪ੍ਰਾਪਤ ਤਬਈ ਪਾਤਸ਼ਾਹ ਕਹਿੰਦੇ ਸਤ ਸੰਗਤ ਕਰਨ ਵਾਲਿਆਂ ਨੂੰ ਸੁਖੈ ਨਹੀਂ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਗਾਤ ਸੁਖੈਨ ਗਤ ਕਹਿੰਦੇ ਆ ਮੋਕਸ਼ ਨੂੰ ਮੁਕਤੀ ਨੂੰ ਪਾਤਸ਼ਾਹ ਕਹਿੰਦੇ ਸਤ ਸੰਗਤ ਕਰਨ ਵਾਲਿਆਂ ਨੂੰ ਸੁਖੈਨ ਹੀ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ ਸੁਣ ਕੇ ਸਰਬ ਪੀਰ ਪੇਠਾਂਡੇ ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੇ ਵੀ ਪੀਰ ਸਨ ਮਲਤਾਨ ਦੇ ਸਬ ਮਹਾਰਾਜ ਜਿਹਦੇ ਸਾਨਮੁਖ ਉੱਠ ਖਲੋਤੇ ਹਨ ਬੰਦਨ ਕਰੇ ਪ੍ਰੇਮ ਬਉ ਬਾਡੇ ਬੜੇ ਭਾਰੀ ਪ੍ਰੇਮ ਸਹਿਤ ਬਾਰੰਬਾਰ ਗੁਰੂ ਸਾਹਿਬ ਦੇ ਚਰਨਾਂ ਤੇ ਝੁਕ ਝੁਕ ਕੇ ਸਲਾਮਾ ਕਰਦੇ ਹਨ ਮਿਲ ਕੇ ਪੇ ਅਧਿਕਾਏ ਪ੍ਰਸੰਨ ਸਤਿਗੁਰਾਂ ਨੂੰ ਮਿਲ ਕੇ ਬੜੇ ਹੀ ਪ੍ਰਸੰਨ ਹੋਏ ਬਹੁਤ ਹੀ ਖੁਸ਼ ਹੋਏ ਕਹੇ ਗੁਰੂ ਨਾਨਕ ਤੁਮ ਧਨ ਔਰ ਮਨ ਚੋਂ ਤੇ ਰਸਨਾ ਤੋਂ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ ਧਨ ਹੋ ਤਿੰਨ ਤੇ ਵਿਦਾ ਹੋਏ ਸੁਖदाई ਪਾਦਸ਼ਾਹ ਮੁਲਤਾਨ ਦੇ ਪੀਰਾ ਤੋਂ ਵਿਦਾ ਹੋਏ ਜਿੱਥੇ ਪਾਦਸ਼ਾਹ ਬੈਠੇ ਸਨ ਮੁਲਤਾਨ ਚ ਉਹ ਜਗ੍ਹਾ ਤੇ ਸ਼ਮਸ ਤਬਰੀਜ਼ ਦੀ ਮਸਜਿਦ ਬਣੀ ਹੋਈ ਸੀ ਉੱਥੇ ਪਾਦਸ਼ਾਹ ਬੈਠੇ ਤੋ ਉਥੋਂ ਗਰੀਬਨਵਾਜ਼ ਪਾਤਸ਼ਾਹ ਜੀ ਚੱਲ ਪਏ ਗਮਨੇ ਮੰਦ ਮੰਦ ਪਗ ਜਾਈਂ ਪਾਤਸ਼ਾਹ ਸਹਿਜ ਸਹਿਜ ਮੁਲਤਾਨ ਤੋਂ ਟੁਰੇ ਜਾ ਰਹੇ ਨੇ ਸ਼੍ਰੀ ਅੰਗਦ ਸੁਨਿਏ ਤੈ ਕਾਲਾ ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਜਦੋਂ ਅਸੀਂ ਟੁਰੇ ਜਾ ਰਹੇ ਸੀ ਉਸ ਵਕਤ ਮੈਂ ਬੂਜੇ ਤਬਦੀਨ ਦੇ ਆਲਾ ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਇਨਕੇ ਵਿਖੇ ਪੀਰ ਕੋ ਨੀਕਾ ਮਹਾਰਾਜ ਜੀ ਪੀਰ ਬੈਠੇ ਸੀ ਬੜੇ ਬੜੇ ਭਲੇ ਪੀਰ ਸਾਹ ਇਹਨਾਂ ਚੋਂ ਕਿਹੜਾ ਭਲਾ ਪੀਰ ਹੈ ਸੁਣ ਬੋਲੇ 베ਦੀ ਕੁਲ ਟੀਕਾ 베ਦੀਆਂ ਦੇ ਕੁਲ ਦੇ ਸ਼ਰੋਮਣੀ 베ਦੀ ਕੁਲ ਟੀਕਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ ਸ਼ਮਸ ਤਬਰੇਜ ਨਾਮ ਐ ਜੇ ਕੋ ਮਹਾਰਾਜ ਜੀ ਕਹਿੰਦੇ ਐ ਬਾਈ ਬਾਲਾ ਜੀ ਦੇ ਪੀਰਾਂ ਵਿੱਚ ਪਹਿਲੋਂ ਇਸ ਸਥਾਨ ਤੇ ਜਿੱਥੇ ਆਪਾਂ ਬੈਠੇ ਸਾਂ ਇੱਕ ਮਹਾਨ ਪੀਰ ਹੋਇਆ ਉਸ ਪੀਰ ਦਾ ਨਾਮ ਸੀ ਸ਼ਮਸ ਤਬਰੇਜ਼ ਭਾਈ ਬਾਲਾ ਜੀ ਪੁੱਛਦੇ ਮਹਾਰਾਜ ਸ਼ਮਸ ਤਬਰੇਜ਼ ਕਿਵੇਂ ਮਹਾਨ ਸਨ ਕੀ ਬੰਦਗੀ ਸੀ ਉਹਨਾਂ ਦੀ ਕਿਵੇਂ ਜਨਮ ਹੋਇਆ ਉਹਨਾਂ ਦਾ ਤੋ ਮਹਾਰਾਜ ਸ਼ਮਸ ਤਬਰੇਜ਼ ਬਾਰੇ ਦੱਸ ਰਹੇ ਨੇ ਵੀ ਕਿਵੇਂ ਉਹਦਾ ਜਨਮ ਹੋਇਆ ਉਹਦਾ ਪੂਰਬਲਾ ਜਨਮ ਕਿਹੜਾ ਸੀ ਉਹ ਸਾਰੀ ਵਿਥਿਆ ਸੁਣਾ ਰਹੇ ਨੇ ਉਹ ਕਥਾ ਆਪ ਜੀ ਸ਼ਮਸਤ ਬਰੇਜ ਦਾ ਪ੍ਰਸੰਗ ਅਗਲੇ ਆ ਪ੍ਰਸੰਗਾ ਚ ਸਰਵਣ ਕਰੋਗੇ ਗਰੀਬਨਵਾਜ ਸਾਹਿਬ ਜੀ ਦੀ ਅਮਰਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਹੇ ਗੁਰੂ ਵਾਹਿ 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 ਗੁਰ ਵਾਹਿਗੁਰੂ 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 ਹੈ ਅਚੁੱਤ ਹੈ